ਏਕਾ ਕਰਕੇ ਸਮੁੱਚੇ ਭਾਈਚਾਰੇ ਨੇ ਸਭ ਕਿਸਮ ਦੇ ਮਤਭੇਦ ਮਿਟਾ ਕੇ ਅੱਜ ਇਸ ਮੁਕਾਮ ਤੇ ਪੁੱਜੇ ਹਾਂ ਕਿ ਸੰਤ ਜੀ ਅੱਜ ਸਾਨੂੰ ਕਿਸੇ ਆਹਰੇ ਲਾ ਕੇ ਜ਼ਰੂਰ ਜਾਓ ਕਿਉਂਕਿ ਆਹੀ ਸਾਡੇ ਕੋਲ 5-7-10 ਦਿਨ ਹਨ। ਬੜੀ ਜਲਦੀ ਫਸਲ ਆਉਣ ਵਾਲੀ ਹੈ, ਉਸ ਤੋਂ ਬਾਅਦ ਫਿਰ 2 ਮਹੀਨੇ ਕਿਸੇ ਭੈਣ ਭਰਾ ਦਾ ਸਮਾਂ ਇਸ ਪਾਸੇ ਨਹੀਂ ਲੱਗਣਾ। ਨਵੀਂ ਫਸਲ ਬੀਜਣ ਉਪਰੰਤ ਹੀ ਅਸੀਂ ਉਹਨੂੰ ਅੱਗੇ ਕਰ ਸਕਾਂਗੇ। ਉਹਨਾਂ ਚਿਰ ਸਾਡੇ ਕੋਲ ਜਿਹੜੇ ਕਾਰਜ ਉੱਪਰੋਂ ਕਰਨ ਵਾਲੇ ਨੇ ਉਹ ਆਪ ਜੀ ਅੱਜ ਆਰੰਭ ਕਰਵਾ ਕੇ ਉਸ ਤੋਂ ਬਾਅਦ ਨਗਰ ਪੰਚਾਇਤ ਨਵੀਂ ਚੁਣੀ ਗਈ। ਬਹੁਤ ਹੀ ਸਹਿਯੋਗ ਸਿਆਣੇ ਵੀਰ ਸਾਡੇ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਬਣੇ ਨੇ, ਜਿਨ੍ਹਾਂ ਨੇ ਇਸ ਸੀਵਰੇਜ ਕਮੇਟੀ ਨੂੰ ਅਤੇ ਇਸ ਨਗਰ ਨੂੰ ਪਹਿਲਾ ਜਿਹੜਾ ਮਤਾ ਪਾਇਆ ਹੈ ਉਹ ਇਹ ਹੈ ਕਿ ਮਿੱਟੀ ਦਾ ਨਿਕਾਸ ਜਿੰਨਾ ਵੀ ਸਾਨੂੰ ਚਾਹੀਦਾ ਹੈ ਜਿੱਥੋਂ ਕਰਨਾ ਹੈ ਉਹ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਕਰਨ ਵਾਸਤੇ ਉਹਨਾਂ ਨੇ ਸਾਨੂੰ ਮਤਾ ਪਾ ਕੇ ਦਿੱਤਾ ਹੈ। ਇਸ ਦੇ ਨਾਲ ਹੀ ਪੂਰੀ ਨਗਰ ਪੰਚਾਇਤ ਨੇ ਬਕਾਇਦਾ ਇਸੇ ਸਥਾਨ ਤੇ ਇਕੱਠੇ ਹੋ ਕੇ ਦਸਖਤ ਕਰਕੇ ਸਾਨੂੰ ਇਹ ਕਿਹਾ ਹੈ ਕਿ ਅਸੀਂ ਸਾਥ ਸਮੁੱਚੇ ਵੀ ਪੰਚਾਇਤ ਸਰਕਾਰੀ ਦਰਬਾਰੇ ਜਿੱਥੋਂ ਵੀ ਸਾਨੂੰ ਬਿਲਕੁਲ ਮਿਲਦਾ ਹੈ ਅਸੀਂ ਆਪ ਜੀ ਦੇ ਨਾਲ ਇਸ ਨਗਰ ਦੇ ਨਾਲ ਹਰ ਤਰ੍ਹਾਂ ਦੇ ਨਾਲ ਤਰੱਕੀ ਕਰਨ ਲਈ ਬਹੁਤ ਹੀ ਤਤਪਰ ਹਾਂ। ਅਸੀਂ ਧੰਨਵਾਦੀ ਹਾਂ ਕਿ ਕੁਝ ਕੁ ਸੇਵਾਦਾਰ ਅਸੀਂ ਇਕੱਠੇ ਹੋ ਕੇ ਨਗਰ ਪੰਚਾਇਤ ਨੂੰ ਬੇਨਤੀ ਕੀਤੀ ਸੀ। ਇੱਥੋਂ ਦੇ ਸਾਡੇ ਪੁਰਾਣੇ ਸਰਪੰਚ ਸਾਹਿਬਾਨ ਬੈਠੇ ਨੇ, ਉਹਨਾਂ ਨੂੰ ਵੀ ਬੇਨਤੀ ਕੀਤੀ ਸੀ, ਹੋਰ ਭਗਵਾਨੇ ਸੱਜਣਾਂ ਨੂੰ ਬੇਨਤੀ ਕੀਤੀ ਸੀ, ਸਾਰਿਆਂ ਨੇ ਬੇਨਤੀ ਪ੍ਰਵਾਨ ਕੀਤੀ ਹੈ। ਅੱਜ ਅਸੀਂ ਸੰਖੇਪ ਦੇ ਵਿੱਚ ਆਪ ਜੀ ਤੋਂ ਇੰਨਾ ਚਾਹਾਂਗੇ ਕਿ ਆਪ ਜੀ ਸੰਗਤਾਂ ਦੇ ਸਨਮੁੱਖ ਹੋ ਕੇ ਅੱਜ ਦੇ ਇਹ ਉਪਰਾਲਿਆਂ ਦੀ ਸਾਨੂੰ ਸ਼ਾਬਾਸ਼ੀ ਦਿਓ, ਸਾਨੂੰ ਆਸ਼ੀਰਵਾਦ ਦਿਓ ਤਾਂ ਕਿ ਆਪਾਂ ਅੱਗੇ ਕੰਮ ਸ਼ੁਰੂ ਕਰ ਸਕੀਏ। ਅੱਜ ਸਾਡੀ ਇਹ ਮਨਸ਼ਾ ਹੈ ਕਿ ਜਿੱਥੋਂ ਅਸੀਂ ਕੰਮ ਸ਼ੁਰੂ ਕਰਨਾ ਹੈ ਉਹ ਆਪ ਜੀ ਦਾ ਮਾਰਗਦਰਸ਼ਨ ਸਾਡੇ ਨਾਲ ਰਹੇ। ਇੰਨੀਆਂ ਕੁ ਬੇਨਤੀਆਂ ਕਰਦਿਆਂ ਹੋਇਆ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੰਦਗੀ ਨੂੰ ਖੁੱਲ੍ਹਾ ਛੱਡਿਆ ਹੋਇਆ ਜੀ,
ਜਾਂ ਇਹੋ ਜਿਹੇ ਟੂਰਿਸਟ ਬਣਾਏ ਆ ਕਿ ਥਾਂ ਥਾਂ ਉੱਤੇ ਜਿਹੜਾ ਹੈ ਬਦਬੂ ਹੀ ਆਉਂਦੀ ਹੈ, ਘਰ ਦੇ ਸਾਹਮਣੇ ਦੀ ਨਿਕਲਦੀ ਨਾਲ ਹੀ ਲੰਘਦੀ ਹੈ, ਬਦਬੂ ਆਉਂਦੀ ਹੈ, ਸਫ਼ਰ 'ਚੋਂ ਬਦਬੂ ਆਉਂਦੀ ਹੈ, ਟ੍ਰੇਨਾਂ 'ਚੋਂ ਬਦਬੂ ਆਉਂਦੀ ਹੈ। ਇਹ ਸਾਰਾ ਕੁਛ ਜਿਹੜਾ ਵੀ ਕੁਛ ਮਹਿਕਦਾ ਵਾ ਜਾਂ ਬਦਬੂ ਆ, ਇਹ ਕਾਰਬਨ ਡਾਈਆਕਸਾਈਡ ਹੈ। ਇਹ ਸਾਡੀ ਸਿਹਤ ਵਾਸਤੇ ਸਭ ਤੋਂ ਮਾੜੀ ਹੈ, ਗੰਦੀ ਹਵਾ। ਦੂਸਰਾ, ਜਦੋਂ ਅਸੀਂ ਕੁਦਰਤੀ ਸੋਮਿਆਂ ਦੇ ਇਸ ਤਰ੍ਹਾਂ ਗੰਦੇ ਪਾਣੀ ਖੜੇ ਕਰਦੇ ਹਾਂ ਤੇ ਇਹ ਪਾਣੀ ਹੌਲੀ ਹੌਲੀ ਸਾਡੇ ਜਿਹੜੇ ਧਰਤੀ ਵਿੱਚ ਜਾਂਦਾ ਹੈ, ਜਿਹੜੀ ਚਾਰਜ ਹੋ ਕੇ ਜਿਹੜਾ ਪੀਣ ਵਾਲਾ ਪਾਣੀ ਹੈ ਉਹਦੇ ਵਿੱਚ ਜਾ ਕੇ ਗੰਦਾ ਪਾਣੀ ਮਿਲੂਗਾ ਤੇ ਧਰਤੀ ਥੱਲੇ ਵਾਲਾ ਪਾਣੀ ਵੀ ਗੰਦਾ ਹੋਊਗਾ। ਜੇ ਹਵਾ ਗੰਦੀ ਹੈ, ਪਾਣੀ ਗੰਦਾ, ਤੇ ਜੋ ਕੁਛ ਅਸੀਂ ਖੇਤੀ ਜ਼ਹਿਰਾ ਵਰਤ ਰਹੇ ਹਾਂ ਜਿਹਦੇ ਨਾਲ ਜਿਹੜੀ ਹੈਗੀ ਹੈ ਸਾਡੀ, ਉਹ ਖੇਤੀ ਵੀ ਜ਼ਹਿਰੀਲੀ ਹੋ ਗਈ ਹੈ, ਧਰਤੀ ਵੀ ਜ਼ਹਿਰੀਲੀ ਹੋ ਗਈ ਹੈ। ਤੇ ਜੇ ਹਵਾ ਸ਼ੁੱਧ ਨਹੀਂ, ਪਾਣੀ ਸ਼ੁੱਧ ਨਹੀਂ, ਖੁਰਾਕ ਸ਼ੁੱਧ ਨਹੀਂ, ਤੇ ਜੋ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ, ਕੋਠੀਆਂ ਬਣਾ ਰਹੇ ਹਾਂ, ਮਨ ਵਿੱਚ ਸੋਚ ਆ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਵਧਣ, ਪੜ੍ਹਨ ਲਿਖਣ, ਉਹ ਤਰੱਕੀਆਂ ਕਰਨ, ਉਹਨਾਂ ਦੀ ਤਰੱਕੀ ਤਾਂ ਹੀ ਸੰਭਵ ਆ। ਪਹਿਲੀ ਗੱਲ ਤੋਂ ਤੰਦਰੁਸਤ ਹੋਣ, ਤੇ ਤੰਦਰੁਸਤੀ ਵਾਸਤੇ ਸ਼ੁੱਧ ਹਵਾ ਚਾਹੀਦੀ ਹੈ, ਸ਼ੁੱਧ ਪਾਣੀ ਚਾਹੀਦਾ, ਸ਼ੁੱਧ ਖੁਰਾਕ ਚਾਹੀਦੀ ਹੈ। ਤੇ ਜਦੋਂ ਇਹ ਸਾਰਾ ਵਾਤਾਵਰਨ ਵਿਗੜਦਾ, ਕਿਸੇ ਇੱਕ ਦੇ ਉਰਾੜਿਆ ਨਹੀਂ, ਇਹਦੇ ਅਸੀਂ ਸਾਰੇ ਜ਼ਿੰਮੇਵਾਰ ਹਾਂ। ਤੇ ਇੱਕ ਦੇ ਯਤਨਾਂ ਦੇ ਨਾਲ ਇਹ ਸਾਰਾ ਕੁਛ ਹੋਣ ਵਾਲਾ ਨਹੀਂ। ਸਾਨੂੰ ਸਾਰਿਆਂ ਨੂੰ ਪਹਿਲੀ ਗੱਲ ਤਾਂ ਜਾਗਣਾ ਪਊਗਾ ਵੀ ਲੋੜ ਕਿਉਂ ਆ ਕਿ ਪਾਤਸ਼ਾਹ ਸਾਨੂੰ ਔਲਾਦ ਦੇਈ, ਉਹਨਾਂ ਦੀ ਬੱਚੇ ਦੇਈ, ਉਹਨਾਂ ਦੀ ਉਮਰ ਵੱਡੀ ਹੋਵੇ। ਵੱਡੀ ਉਮਰ ਤੰਦਰੁਸਤੀ ਨਹੀਂ ਹੋ ਸਕਦੀ ਹੈ ਜੇ ਉਹਨਾਂ ਲਈ ਸ਼ੁੱਧ ਹਵਾ ਨਹੀਂ, ਸ਼ੁੱਧ ਪਾਣੀ ਨਹੀਂ, ਸ਼ੁੱਧ ਖੁਰਾਕ ਨਹੀਂ, ਤੇ ਉਹਨਾਂ ਦੀ ਲੰਬੀ ਉਮਰ ਕਿਵੇਂ ਹੋ ਸਕਦੀ ਹੈ। ਸੋ ਇਸ ਵਾਸਤੇ ਕਿ ਭਵਿੱਖ ਜੇ ਅਸੀਂ ਬਚਾਉਣਾ ਵਾ, ਜੇ ਅਸੀਂ ਉਹਨਾਂ ਦੀ ਸੱਚੀ ਮੁੱਚੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਵੀ ਤੰਦਰੁਸਤ ਰਹਿਣ, ਤੇ ਉਹਦਾ ਇਹੋ ਹੀ ਇਲਾਜ ਹੈ ਕਿ ਸਾਰਾ ਪਿੰਡ ਸਾਫ਼ ਸੁਥਰਾ ਹੋਵੇ। ਜਿਹੜੀਆਂ ਜਿਹੜੀਆਂ ਚੀਜ਼ਾਂ ਜੇ ਸੁੱਪੜ ਦਿੰਦੇ ਆ ਜਾਂ ਗੰਦੀਆਂ ਨਾਲੀਆਂ, ਉਹਨਾਂ ਦਾ 100% ਪ੍ਰਬੰਧ ਹੋ ਸਕਦਾ। ਕੋਈ ਇਹੋ ਜਿਹੀ ਗੱਲ ਨਹੀਂ ਵੀ ਇਹਦੀ ਕੋਈ ਟੈਕਨੋਲੋਜੀ ਬਾਹਰਲੇ ਮੁਲਕ ਤੋਂ ਲਿਆਉਣੀ ਪਊਗੀ ਜਾਂ ਉਹਦੀ ਸਾਨੂੰ ਸਮਝ ਨਹੀਂ। ਉਹ ਸਾਡੇ ਵੀਰਾਂ ਨੇ ਜਾ ਕੇ, ਤੁਸੀਂ ਸਾਰੇ ਨਗਰ ਵਾਸੀਆਂ ਨੇ ਚਕਰ ਵੀ ਦੇਖਿਆ, ਲੋਹਾਰਾ ਵੀ ਦੇਖਿਆ, ਸੀਚੇ ਵਾਲ ਵੀ ਦੇਖਿਆ, ਤੇ ਉਹ ਜੋ ਕੁਛ ਸਾਫ਼ ਸਫ਼ਾਈ ਹੈ ਉਹ ਤੁਹਾਡੇ ਪਿੰਡ ਵੀ ਹੋ ਸਕਦੀ ਹੈ। ਚਕਰ ਦੀਆਂ ਉੱਥੇ ਪਹਿਲੀਆਂ ਵੀ ਫੋਟੋ ਤੁਸੀਂ ਦੇਖ ਸਕਦੇ ਹੋ। ਉੱਥੇ ਖੰਡ ਨਹੀਂ ਹੁੰਦਾ ਸੀ, ਮਜ਼੍ਹਬੀ ਸਿੱਖਾਂ ਦਾ ਮਹੱਲਾ ਸੀ, ਤੇ ਉੱਥੇ ਇੱਟਾਂ ਦੇ ਉੱਤੋਂ ਦੀ ਗੰਦੀਆਂ ਨਾਲੀਆਂ ਹੁੰਦੀਆਂ ਸੀ, ਸਾਰੀਆਂ ਵੀਹ ਗੰਦੀਆਂ ਵਿੱਚ ਦੀ ਇੱਟਾਂ ਦਾ ਖਾਸ ਕਿਉਂ ਲੱਗਦੇ ਸੀ, ਇਹੋ ਜਿਹੀ ਬਦਬੂ ਦੇ ਵਿੱਚੋਂ ਜੀ ਰਹੇ ਸੀ ਜਿੱਦਾਂ ਦਰਖ ਦੇ ਵਿੱਚ ਕੀੜੇ ਜੀ ਰਹੇ। ਸੋ ਇਹ ਜਿਹੜੀ ਬਦਬੂ ਮਾਰਦਾ ਵਾਤਾਵਰਨ, ਅੱਜ ਉੱਥੇ ਘੰਘੂੜੇ ਲੱਗੇ ਹੋਏ ਆ, ਫੁੱਲ ਲੱਗੇ ਹੋਏ ਆ, ਫਲਾਂ ਦੇ ਦਰਖਤ ਲੱਗੇ ਹੋਏ ਆ, ਕਿਸ਼ਤੀਆਂ ਚੱਲਦੀਆਂ, ਪ੍ਰਵਾਸੀ ਪੰਛੀ ਆਣ ਕੇ ਉੱਤਰਦੇ ਆ, ਤੇ ਇਹ ਕੋਈ ਉਹਨਾਂ ਨੇ ਬਾਹਰ ਆਣ ਕੇ ਨਹੀਂ ਕੀਤਾ, ਆਪ ਜਾ ਕੇ ਸੇਵੇ ਪਾਤਸ਼ਾਹ ਦੇ ਚਰਨ ਆਏ ਆ। ਬਾਬਾ ਗੁਰਜਿੰਦਰ ਜੀ ਦਾ ਜਨਮ ਸਥਾਨ ਉਹ ਵੀ ਚਰਨ ਵੀ ਸੇਵੇ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਦੋਨੋਂ ਸਤਿਗੁਰਾਂ ਦੇ ਚਰਨ ਮੁਬਾਰਕ ਉਹ ਧਰਤੀ ਹੈ। ਇਹ ਵੀ ਜਿੰਨੇ ਵੀ ਨਜ਼ਰਾਂ ਸਾਰੇ ਹੀ ਇਤਿਹਾਸਕ ਆ, ਪਰ ਇਹ ਦੇਖਣ ਵਾਸਤੇ ਦੁਨੀਆਂ ਭਰ ਤੋਂ ਲੋਕ ਵੀ ਆਉਂਦੇ ਆ ਜੋ ਉਸ ਥਾਂ ਦੇਖ ਕੇ ਆਈ ਜਿੱਥੇ ਪਾਤਸ਼ਾਹ ਚੱਲੇ। ਸਾਫ਼ ਸੁਥਰੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ। ਸੋ ਉਹਦੇ ਵਾਸਤੇ ਕੋਈ ਤਕਨੀਕ ਬਾਹਰੋਂ ਲਿਆਉਣ ਦੀ ਲੋੜ ਨਹੀਂ, ਸਿਰਫ ਹਿੰਮਤ ਦੀ ਲੋੜ ਹੈ। ਇੱਕ ਕੰਮ ਆਪਾਂ ਠੇਕੇ ਤੇ ਦੇ ਦਿੰਦੇ ਹਾਂ ਵੀ ਠੇਕੇ ਤੇ ਕਰਾ ਲਓ, ਇੰਨੇ ਪੈਸੇ ਦੇ ਦਿਓ, ਸਾਡਾ ਕੰਮ ਹੋ ਗਿਆ। ਜਿਹੜਾ ਠੇਕੇ ਦਾ ਕੰਮ ਆ ਉਹ ਤੁਹਾਡੇ ਅੰਦਰ ਸੇਵਾ ਭਾਵਨਾ ਪੈਦਾ ਨਹੀਂ ਕਰ ਸਕਦਾ। ਚੱਕਰ ਦੇ ਵਿੱਚ ਉਹ ਕੰਮ ਇੰਨਾ ਵਧੀਆ ਛੇਤੀ ਕਿਉਂ ਹੋ ਗਿਆ ਕਿ ਉਹ ਸਾਰੇ ਲੋਕ ਨਾਲ ਲੱਗੇ, ਨੌਜਵਾਨ ਸਾਰਾ ਯੂਥ ਨਾਲ ਲੱਗਾ, ਤੇ ਉਹਨਾਂ ਨੂੰ ਪਿੰਡ ਵਿੱਚ ਸੀਵਰੇਜ ਵੀ ਪਾ ਲਿਆ ਸੀ। ਕਹਿੰਦੇ ਉਹਨਾਂ ਨੇ ਬੰਦੇ ਨੂੰ ਕਹੇ ਵੀ ਇੱਕ ਹੋਰ ਪਿੰਡ 'ਚ ਪਾਉਣਾ, ਉਹਨੀ ਤਕਨੀਕ ਉਹਨਾਂ ਨੂੰ ਦੱਸ ਦਿੱਤੀ ਹੈ ਵੀ ਉਹ ਆਪ ਵੀ ਪਾ ਸਕਦੇ। ਸਾਡਾ ਮਤਲਬ ਜਗਾਉਣਾ ਹੈ, ਤੇ ਜਿਹੜਾ ਸੀਵਰੇਜ ਸਿਸਟਮ ਆ ਤੁਸੀਂ ਆਪ ਬਣਾਓ, ਆਪ ਲੱਗੋ। ਜੇ ਸੀ ਵੀਹ ਦੇ ਵਿੱਚ ਲੰਘ ਰਿਹਾ ਉਹ ਪਰਿਵਾਰ ਵਾਲੇ, ਉਸ ਘਰਾਂ ਵਾਲੇ, ਉਸ ਜਿਹੜੇ ਸੇਵਾ ਭਾਵਨਾ ਨੂੰ ਲਗਾਤਾਰ ਨਾਲ ਲੱਗਣ, ਤਾਂ ਕਿ ਜੇ ਤੁਸੀਂ ਆਪ ਸਿਸਟਮ ਨੂੰ ਪਾਵੋਗੇ ਤੇ ਤੁਹਾਨੂੰ ਮਗਰੋਂ ਕਿਸੇ ਜਾਣ ਦੀ ਲੋੜ ਨਹੀਂ ਪਊਗੀ।
ਸਾਨੂੰ ਲੋੜ ਆ ਕਿ ਅਸੀਂ ਉਹਨੂੰ ਪਿਆਰ ਭਾਵਨਾ ਦੇ ਨਾਲ ਗੁਰੂ ਘਰ ਵੀ ਪੂਰੀ ਤਰ੍ਹਾਂ ਸਹਿਯੋਗ ਕਰਨ ਹਰ ਗਰੀਬ ਜੀ ਵੀ ਸਭ ਪੈਸੇ ਨਾ ਹੁਣ ਬਾਹਰ ਬੈਠੇ ਵੀਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਅਸੀਂ ਕਹਿੰਦੇ ਤੇ ਪੈਸੇ ਦੀ ਕੋਈ ਘਾਟ ਨਹੀਂ ਆਉਣੀ ਇੰਨਾ ਵੀ ਤੁਸੀਂ ਲਾਓਗੇ ਸਹੀ ਤਰੀਕੇ ਨਾਲ ਉਦੋਂ ਕਈ ਗੁਣਾ ਵੱਧ ਕੇ ਆਊਗਾ ਪਰ ਉਹ ਸਹੀ ਤਰੀਕੇ ਨਾਲ ਲੱਗੇ ਕਈ ਵਾਰ ਪੈਸਾ ਬਹੁਤ ਲੱਗ ਜਾਂਦਾ ਮਿਸਮੈਨੇਜਮੈਂਟ ਕਰਕੇ ਉਹਦੀ ਆਊਟਪੁੱਟ ਨਹੀਂ ਆਉਂਦੀ ਜਿੰਨਾ ਪੈਸਾ ਲੱਗਦਾ ਉਹ ਪ੍ਰੋਪਰ ਲੱਗੇ ਤੇ ਉਹਦਾ ਜਿਹੜਾ ਹੈਗਾ ਆਊਟਪੁੱਟ ਜ਼ਿਆਦਾ ਹੁੰਦੀ ਹੈ ਤੇ ਜਿਹੜਾ ਦਾਨ ਕਰਨ ਵਾਲਾ ਹੋਰ ਦਿੰਦਾ ਕਹਿੰਦਾ ਮੇਰੇ ਇੰਨੇ ਕੁ ਪੈਸੇ ਨੇ ਇੰਨਾ ਕੁਝ ਹੋ ਗਿਆ ਹੋਰ ਲੋੜ ਆ ਤਾਂ ਹੋਰ ਮਿਲਾਂ ਸੋ ਇਸ ਵਾਸਤੇ ਅਸੀਂ ਕਹਿੰਦੇ ਬੇਨਤੀ ਕਰਾਂਗੇ ਕਿ ਕੋਈ ਵੀ ਕਾਰਜ ਆ ਜਿਸ ਤਰ੍ਹਾਂ ਮਹਾਂਪੁਰਸ਼ ਨੇ ਬੇਨਤੀ ਕੀਤੀ ਪੰਜ ਸੱਤ ਦਿਨ ਅਸੀਂ ਵਿਹਲੇ ਹਾਂ ਫਿਰ ਦੋ ਮਹੀਨੇ ਵਿਹਲੇ ਨੇ ਸੋ ਭਾਈ ਪੰਜ ਸੱਤ ਦਿਨਾਂ ਵਾਸਤੇ ਤੇ ਜਿਹੜਾ ਸੀਵਰੇਜ ਜਿਸ ਦਿਨ ਸ਼ੁਰੂ ਕਰ ਦਿੱਤਾ ਅਸੀਂ ਕਹਿੰਦੇ ਸਾਰੇ ਪ੍ਰੋਪਰ ਪੈਪ ਇੱਥੇ ਆਏ ਹੋਣ ਉਦੋਂ ਮਗਰੋਂ ਇਹ ਨਾ ਕਿ ਇੱਕ ਰਾਹ ਨੂੰ ਪੱਟ ਕੇ ਅਸੀਂ ਖਲਾਰਾ ਪਾਈਏ ਉਸ ਮਗਰੋਂ ਕੰਮ ਦਾ ਰੁਕਣਾ ਉਹ ਠੀਕ ਨਹੀਂ ਮਗਰੋਂ ਕਹੋ ਜੀ ਬਾਬਾ ਜੀ ਕੰਮ ਆ ਗਿਆ ਹੁਣ ਇਹਨੇ ਦਸ ਪੰਦਰਾਂ ਦਿਨ ਅਟਕੀ ਜਾਂਦੇ ਹਾਂ ਵੀਹ ਦਿਨ ਅਟਕੀ ਜਾਂਦੇ ਹਾਂ ਉਹਦੇ ਵਾਸਤੇ ਪ੍ਰੋਪਰ ਉਦੋਂ ਸ਼ੁਰੂ ਕਰੋ ਜਿੱਦਣ ਤੁਹਾਡੀਆਂ ਫਸਲਾਂ ਸਾਂਭੀਆਂ ਜਾਂਦੀਆਂ ਬਾਰਸ ਦੀ ਕੋਈ ਰਹਿੰਦੀ ਰਹਿਣਗੇ ਅਸੀਂ ਕਹਿੰਦੇ ਉਦੋਂ ਮਗਰੋਂ ਕਿ ਕੰਮ ਜ਼ਿਆਦਾ ਚੱਲਦਾ ਨਹੀਂ ਜੇ ਤੁਸੀਂ ਇੱਕ ਨਿਸ਼ਾਨਾ ਬਣਾ ਕੇ ਵੀ ਅਸੀਂ ਉਹਨੂੰ ਸਿਰੇ ਚਾੜ ਲਓ ਤੇ ਜੇ ਤੁਸੀਂ ਕਹੋਗੇ ਜੀ ਹੁਣ ਅਸੀਂ ਝੋਨਾ ਵੱਢਣ ਚਲੇ ਗਏ ਹੁਣ ਅਸੀਂ ਕਣਕ ਵੱਢਣ ਚਲੇ ਗਏ ਫਲਾਣਾ ਨਹੀਂ ਇਸ ਤਰ੍ਹਾਂ ਦੀ ਜਦੋਂ ਸ਼ੁਰੂ ਕਰਦਾ ਉਹਨੂੰ ਸਿਰੇ ਲਾ ਕੇ ਜਿੰਨਾ ਅਸੀਂ ਸੋਚਿਆ ਵੈਸੇ ਤਾਂ ਸਾਰਾ ਵੀ ਪਿੰਡ ਵੱਡਾ ਨਹੀਂ ਪਰ ਕਹਿੰਦੇ ਇੱਕ ਇੱਕ ਹਿੱਸੇ ਦਾ ਇੱਕ ਛੱਪੜ ਦਾ ਪਾਣੀ ਜਿਹੜਾ ਉਹ ਛੱਪੜ ਵੀ ਤਿਆਰ ਹੋਇਆ ਤੇ ਉਹਦਾ ਸੀਵਰ ਜਿਹੜਾ ਹੈਗਾ ਸਿਰੇ ਨਿਕਲ ਹੋ ਜਾਏ ਉਦੋਂ ਮਗਰੋਂ ਦੂਸਰਾ ਤੀਸਰਾ ਤਾਂ ਕਿ ਪ੍ਰੋਪਰ ਇੱਕ ਹੱਲੇ ਦੇ ਵਿੱਚ ਹੋਵੇ ਹੱਲੇ ਦੇ ਵਿੱਚ ਅਸੀਂ ਕਹਿੰਦੇ ਕਿ ਵੱਧ ਤੋਂ ਵੱਧ 15 ਦਿਨ ਤੁਹਾਡੇ ਲੱਗਣੇ ਚਾਹੀਦੇ ਕਾਰਪੇਟ ਇੱਕ ਫਸਲ ਪਾਉਣ ਲਈ ਵੱਧ 15 ਦਿਨ ਲੱਗ ਹੋਣੇ ਚਾਹੀਦੇ ਇਸ ਤਰੀਕੇ ਨਾਲ ਤੁਹਾਡੀ ਤਿਆਰੀ ਚਾਹੀਦੀ ਹੈ ਤੇ ਜੇ 15 ਦਿਨ ਅਸੀਂ ਕਹਿੰਦੇ ਕਿ ਤੁਸੀਂ ਉਸ ਤੋਂ ਪਹਿਲਾਂ ਜਿਹੜੇ ਸਾਡੇ 7-8 ਦਿਨ ਆ ਤੁਸੀਂ ਆਲੇ ਦੁਆਲੇ ਸਫਾਈ ਕਰ ਲਓ ਆਲਾ ਦੁਆਲਾ ਸਵਾਰ ਲਓ ਨਾਲੇ ਹੱਥੀ ਹਨ ਬੁੱਟੀ ਬਾਟੀ ਪੱਟ ਲਓ ਸੇਵਾ ਕਰਨ ਦੀ ਯਾਦ ਆ ਜਾਊਗੀ ਤੇ ਉਦੋਂ ਮਗਰੋਂ ਜਿੱਦਣ ਤੁਸੀਂ ਕਹਿ ਦਿਓ ਕਿ 15 ਦਿਨ ਹੁਣ ਬਾਬਾ ਜੀ ਠੀਕ ਹੈ ਤੇ 15 ਦਿਨਾਂ ਦੇ ਵਿੱਚ ਤੁਹਾਡਾ ਸੀਵਰੇਜ ਪੈ ਜਾਊਗਾ ਤੇ ਜੇ ਤੁਸੀਂ ਖਲਾਰਾ ਕੰਮ ਕੇ ਜੀ ਅੱਜ ਅਸੀਂ ਫਲਾਣੇ ਥਾਂ ਜਾਣਾ ਅੱਜ ਫਲਾਣਾ ਕੰਮ ਕਰਨਾ ਜਦੋਂ ਅਸੀਂ ਵਰਕਰ ਕੰਮ ਕਰਨ ਵਾਲਾ ਉਹਦੇ ਉੱਤੇ ਅਸੀਂ ਉਹਨੇ ਕੁ ਪ੍ਰੋਪਰ ਦੇਈਏ ਇਹਦੇ ਵਾਸਤੇ ਬੜੇ ਲੀਡਰਾਂ ਦੀ ਲੋੜ ਨਹੀਂ ਹੱਥ ਲਾਉਣ ਵਾਲਿਆਂ ਦੀ ਲੋੜ ਜਿਹੜੇ ਹੱਥ ਲਾਉਣ ਵਾਲੇ ਉਹ ਹਾਜ਼ਰ ਰਹਿਣ ਕੰਮ ਆਪਣੇ ਆਪ ਚੱਲੀ ਜਾਣ ਕਿਉਂਕਿ ਹਰ ਬੰਦੇ ਦੀ ਅਸੀਂ ਕੀ ਵੀ 24 ਘੰਟੇ ਇੱਥੇ ਕਰ ਸਕਦੇ ਹਾਂ ਨਹੀਂ ਜਿਹੜਾ ਸਮਾਨ ਲਿਆਉਣ ਹਰ ਚੀਜ਼ ਉਹਨਾਂ ਨੇ ਦੇਣਾ ਜ਼ਿੰਮੇਵਾਰ ਬੰਦਾ ਨੇ ਪਰ ਜਿਹੜੇ ਕੰਮ ਕਰਨ ਵਾਲੇ ਆ ਉਹ 15 ਦਿਨ ਪੂਰਾ ਡੱਟ ਕੇ ਲਾ ਲੈਣ ਤੇ 15 ਦਿਨਾਂ ਦੇ ਵਿੱਚ ਜੇ ਇੱਕ ਹਿੱਸਾ ਕਹਿੰਦੇ 15 ਦਿਨਾਂ 'ਚ ਤੁਹਾਡਾ ਹੋ ਜੂਗਾ ਸੋ ਇਸ ਵਾਸਤੇ ਅਸੀਂ ਤੁਹਾਡੇ ਨਾਲ ਸਹਿਯੋਗ ਹਰ ਤਰ੍ਹਾਂ ਦਾ ਉਹਦੀ ਜਿਹੜੀ ਟੈਕਨੀਕਲੀ ਵੀ ਹੈ ਉਹਦੇ ਅਸੀਂ ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਹੋਰ ਪਿੰਡਾਂ ਨਾਲੋਂ ਇਹ ਹੋਰ ਵਧੀਆ ਪਵੇ ਤਾਂ ਕਿ ਜਿਹੜਾ ਹੈ ਇਹਦਾ ਆਊਟਪੁੱਟ ਵੀ ਇਹਦਾ ਪਾਣੀ ਖੇਤੀ ਨੂੰ ਲੱਗੇ ਉਹ ਨਾਲ ਦੀ ਨਾਲ ਹੀ ਪ੍ਰਬੰਧ ਹੋਵੇ ਜੇ ਅਸੀਂ ਪਿੰਡ ਦੇ ਵਿੱਚ 2000 ਜਾਂ 10000 ਫੁੱਟ ਪਾਲੇ ਨੇ ਪੈਪ ਤੇ ਜੇ 200 ਫੁੱਟ ਪੈਪ ਸਾਨੂੰ ਛੱਪੜ ਤੋਂ ਖੇਤੀ ਲਈ ਚਾਹੀਦਾ ਉਹ ਵੀ ਨਾਲ ਹੀ ਪੈ ਜਾਏ ਤਾਂ ਕਿ ਪਾਣੀ ਨਾਲ ਦੀ ਨਾਲ ਖੇਤੀ ਨੂੰ ਲੱਗਣਾ ਸ਼ੁਰੂ ਹੋ ਜਾਏ ਉਹਦੇ ਵਾਸਤੇ ਹਰ ਤਰ੍ਹਾਂ ਟੈਕਨੀਕਲੀ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਹੁਣ ਕੋਈ ਇੱਥੋਂ ਮਾਲਵੇ 'ਚ ਜਾਂਦਾ ਸੀ ਕਹਿੰਦੇ ਸੀਤਿਆਂ ਦੇ ਜਵਾਬ ਨੇੜੇ ਤੁਰਕੇ ਚੱਕਰਾ ਉਹ ਦੇਖੋ ਜੇ ਕਹਿੰਦੇ ਹਾਂ ਤੁਹਾਡਾ ਇਹੋ ਜਿਹਾ ਮਾਡਲ ਬਣੇ ਇੱਧਰੋਂ ਜਿਹੜਾ ਉਹ ਕਹਿੰਦੇ ਆ ਕਿ ਇੱਥੋਂ ਜੇ ਤੁਸੀਂ ਉਹ ਜਿਹੜਾ ਹੈਗਾ ਦੇਖ ਕੇ ਉਹਦਾ ਅੰਦਾਜ਼ਾ ਲਾ ਸਕਦੇ ਆ ਸੋ ਇਹ ਹੁਣ ਤੁਹਾਡੇ ਤੋਂ ਬਾਅਦ ਨੇੜੇ ਪਿੰਡ ਹੈ ਉੱਥੇ ਵੀ 2 ਪਿੰਡਾਂ ਦੇ ਵਿੱਚ ਪ੍ਰੋਗਰਾਮ ਉਹਨਾਂ ਨੇ ਬਣਾਏ ਆ ਸੋ ਅਸੀਂ ਕਹਿੰਦੇ ਦੇਖ ਰਹੇ ਹਾਂ ਕਿ ਮਾਲਵੇ ਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਕਿ ਪਿੰਡਾਂ ਵਿੱਚ ਸਭ ਤੋਂ ਵੱਡੇ ਛੱਪੜ ਵੀ ਮਾਲਵੇ ਦੇ ਵਿੱਚ ਹੀ ਹੈ ਤੇ ਜੇ ਮਾਲਵੇ ਦੇ ਪਿੰਡਾਂ ਦੇ ਵਿੱਚ ਸੀਵਰੇਜ ਸਿਸਟਮ ਦਾ ਹੋ ਜਾਵੇ ਕਿਉਂਕਿ ਇਹ ਪਿੰਡ ਨੀਵੇਂ ਵੀ ਆ ਬਹੁਤ ਅਸੀਂ ਦੇਖਿਆ ਕਿ ਜ਼ਿਆਦਾ ਪਿੰਡ ਨੀਵੇਂ ਆ ਜਿਹੜੀਆਂ ਆਮ ਜਿਹੜੀਆਂ ਬਸਤੀਆਂ ਉਹ ਪਾਣੀ ਦੇ ਵਿੱਚ ਹੀ ਪਾ ਲਈਆਂ ਕਿਉਂਕਿ ਰਸਤੇ ਜਦੋਂ ਬਾਰਸ਼ਾਂ ਪੈਂਦੀਆਂ ਪਾਣੀ ਦੀ ਬਰਸਾਤ ਹੁੰਦੀ ਹੈ ਤੇ ਜੇਕਰ ਇਹਦਾ ਇੱਕੋ ਇੱਕ ਹੀ ਰਸਤਾ ਹੈ ਛੱਪੜਾਂ ਦਾ ਪਾਣੀ
ਟ੍ਰੀਟ ਕਰਕੇ ਖੇਤੀ ਨੂੰ ਲੱਗ ਰਿਹਾ ਤੇ ਅਸੀਂ ਕਹਿੰਦੇ ਅਤੇ ਜੋ ਤੀਸਰਾ ਤੀਸਰਾ ਐਸਾ ਸੱਪੜ ਵੀ ਜਿਹੜੇ ਆ ਉਹ ਕੰਮ ਕਰਨਗੇ ਚੱਕਰ ਦੇ ਵਿੱਚ 28 ਖੇਤ ਸੱਪੜ ਸੀ ਤਿੰਨ ਸੱਪੜਾਂ ਦੇ ਰੂਪ ਦੇ ਵਿੱਚ ਇੱਕ 10 ਕੇ ਖੇਤ ਦਾ ਸ਼ਾਇਦ 2 8-8 ਖੇਤਾਂ ਦੇ ਸੀ ਉਹਨਾਂ ਨੂੰ ਵੱਖਰਾ ਵੱਖਰਾ ਕਰਕੇ 3 ਖੇਤ ਜਿਹੜੇ ਹੈਗੇ ਸੱਪੜ 4 ਖੇਤ ਉਹਦੇ ਵਿੱਚ ਬਾਰਸ ਦਾ ਪਾਣੀ ਜਾਊਗਾ ਜਿਹਦੇ ਵਿੱਚ ਮੱਝਾਂ ਵੀ ਪੀ ਜਾਣ ਪਸ਼ੂ ਵੀ ਨਹਾਈ ਜਾਣ ਜੋ ਮਰਜ਼ੀ ਕਰੀ ਜਾਣ ਤੇ ਜਿਹੜਾ ਪਾਣੀ ਸੀਵਰੇਜ ਦਾ ਹੋਊਗਾ ਉਹ ਟ੍ਰੀਟ ਹੋ ਕੇ ਉਹਦੇ ਵਿੱਚ ਹਿੱਸੇ ਉਹਦੇ ਬਣਾ ਕੇ ਜੋ ਸਿੱਧਾ ਜਿਹੜਾ ਹੈ ਉਹ ਮੋਟਰ ਲੱਗ ਕੇ ਪਾਣੀ ਖੇਤੀ ਨੂੰ ਲੱਗ ਜਾਵੇ ਜਿਹੜਾ ਤੁਹਾਡਾ ਥੱਲ ਧਰਤੀ ਥੱਲੇ ਦਾ ਪਾਣੀ ਹੈ ਉਹ ਵੀ ਖਰਾਬ ਨਾ ਹੋਵੇ ਜੇ ਤੁਹਾਡੇ ਪਸ਼ੂ ਤੁਸੀਂ ਨਵਾਉਣੇ ਆ ਤੇ ਜਿਹੜੇ ਸਾਬਣ ਸੁਬਣ ਜਾਂ ਕੁਛ ਤੁਸੀਂ ਵਿੱਚ ਪਾਣੀ ਦੇ ਪਾਉਣੇ ਆ ਉਹਨਾਂ ਦਾ ਪਸ਼ੂਆਂ ਦੇ ਉੱਤੇ ਅਸਰ ਨਾ ਹੋਵੇ ਉਹ ਵੱਖਰਾ ਹੋ ਜਾਵੇ ਤੇ ਸਾਫ਼ ਪਾਣੀ ਜਿਹੜਾ ਤੁਹਾਡਾ ਵੀਹਾਂ ਦਾ ਪਾਣੀ ਆਉਂਦਾ ਰਾਹਾਂ ਦਾ ਪਾਣੀ ਆਉਂਦਾ ਉਹ ਜਿਸ ਤਰ੍ਹਾਂ ਅੱਗੇ ਸੱਪੜਾਂ 'ਚ ਆਉਂਦਾ ਸੀ ਉਸੇ ਤਰ੍ਹਾਂ ਉਹ ਸੱਪੜ 'ਚ ਚਲ ਜਾਵੇ ਤੇ ਉਸ ਨਾਲ ਤੁਹਾਡਾ ਥੱਲੜਾ ਧਰਤੀ ਦਾ ਪਾਣੀ ਜਿਹੜਾ ਕਈ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ ਪਾਣੀ ਛੱਪੜ ਭਰ ਜਾਂਦੇ ਹਾਂ ਕਿਸੇ ਦੇ ਬੋਰ ਕਰ ਲੈਂਦੇ ਹਾਂ ਬੋਰ ਕਰਕੇ ਥੱਲੇ ਪਾਣਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਉਹ ਇਹ ਬਹੁਤ ਵੱਡਾ ਧੋਖਾ ਹੈ ਕਿਉਂਕਿ ਧਰਤੀ ਇੰਨਾ ਪਾਣੀ ਜਿਹਦੇ ਸਾਡੇ ਬੋਰ ਕੀਤੇ ਮੋਟਰਾਂ ਲਾਈਆਂ ਨਲਕੇ ਲਾਏ ਸਮਰਸੀਬਲ ਪੰਪ ਲੱਗੇ ਆ ਉਹਦੇ ਵਿੱਚ ਹੀ ਅਸੀਂ ਡੰਡਾ ਸਿੱਟ ਦਿੰਦੇ ਹਾਂ ਉਹ ਪਾਣੀ ਥੱਲੇ ਧਰਤੀ ਦੇ ਰਲ ਜਾਂਦਾ ਤੇ ਉਹ ਬਿਮਾਰੀਆਂ ਦਾ ਵੱਡਾ ਕਾਰਨ ਜਿਹੜਾ ਹੈ ਬਹੁਤੇ ਪਿੰਡਾਂ ਵਿੱਚ ਇਹੀ ਦੇਖਿਆ ਜਾਂ ਜਿਹਨਾਂ ਦੇ ਛੱਪੜ ਰੇਤਾ ਲੈਵਲ ਤੇ ਸੀ ਉਹ ਜਦੋਂ ਗੰਦੇ ਪਾਣੀ ਪਾਏ ਸਾਰੇ ਪਾਣੀ ਦੇ ਵਿੱਚ ਧਰਤੀ ਹੇਠਾਂ ਰਲ ਗਿਆ ਉਹ ਇੱਕਦਮ ਪਾਣੀ ਗੰਦੇ ਹੋਏ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਬਿਮਾਰੀਆਂ ਪੈਦਾ ਕੀਤੀਆਂ ਤੋ ਇਸ ਵਾਸਤੇ ਪਹਿਲੀ ਗੱਲ ਤਾਂ ਜਿਹੜੀਆਂ ਪੁਰਾਣੀਆਂ ਗਲਤੀਆਂ ਹੋਈਆਂ ਉਹਨੂੰ ਅਸੀਂ ਸੁਧਾਰੀਏ ਤੇ ਦੂਸਰਾ ਜੇਕਰ ਇਹ ਨਾਲੀਆਂ ਦੀ ਜਗ੍ਹਾ ਸੀਵਰੇਜ ਆ ਜਾਂਦਾ ਤੇ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ 70% ਉਸ ਪਿੰਡ ਚੋਂ ਬਿਮਾਰੀ ਚਲੀ ਜਾਂਦੀ ਹੈ 70% ਰੋਗੀ ਘੱਟ ਜਾਂਦੇ ਆ ਕਲੀਅਰ ਸੀਵਰੇਜ ਸਿਸਟਮ ਪੈਣ ਦੇ ਨਾਲ ਉਹਦੇ ਨਾਲ ਹਵਾ ਵੀ ਸ਼ੁੱਧ ਹੋ ਜਾਂਦੀ ਹੈ ਦੂਸਰਾ ਦਰਖਤ ਲਾਉਣ ਦੇ ਨਾਲ ਜਿੱਥੇ ਗੰਦੀਆਂ ਨਾਲੀਆਂ ਉੱਥੇ ਗੰਗਾ ਰਾਜਾ ਰਾਤੀ ਰਾਣੀ ਮੰਦਾਕਿਨੀ ਚਾਂਦਨੀ ਇਹੋ ਜਿਹੇ ਬੂਟੇ ਆ ਉਹ ਲੱਗੇ ਹੋਣ ਤੋ ਹਰ ਵੇਲੇ ਜਿਹੜਾ ਹੈਗਾ ਜਿੱਥੇ ਬਦਬੂ ਆਉਂਦੀ ਹੈ ਉੱਥੇ ਖੁਸ਼ਬੂ ਆਉਣ ਲੱਗ ਪਏ ਆਪਣੇ ਆਪ ਹੀ ਬੁੱਧੀ ਬਦਲ ਜਾਣੀ ਹੈ ਆਪਣੇ ਆਪ ਹੀ ਸੋਚ ਬਦਲ ਜਾਣੀ ਹੈ ਆਪਣੇ ਆਪ ਸਾਡੇ ਖਿਆਲ ਬਦਲ ਜਾਣੇ ਸੋ ਇਹ ਕੋਈ ਔਖਾ ਕੰਮ ਨਹੀਂ ਵੱਡਾ ਕੰਮ ਨਹੀਂ ਆਪਾਂ ਜਿਹੜੀਆਂ ਕੋਠੀਆਂ ਪਾਈ ਜਾਂਦੇ ਆ ਬਹੁਤ ਕੁਛ ਉਹ ਤਾਂ ਸਿਰਫ ਇੱਕੋ ਪੈਪ ਲੈਣੀ ਆ ਕੋਈ ਵੀ ਔਖੀ ਗੱਲ ਨਹੀਂ ਕੋਈ ਜਾਂ ਚੰਬਾ ਨਹੀਂ ਤੁਸੀਂ ਕਰ ਲਓ ਕੋਈ ਚੰਬੇ ਵਾਲੀ ਗੱਲ ਨਹੀਂ ਸਿਰਫ ਧਿਆਨ ਨਹੀਂ ਆ ਜਦੋਂ ਧਿਆਨ ਚੱਲਦੇ ਖਰਚੇ ਦੇ ਉੱਤੇ ਕਿੰਨਾ ਪਾਉਂਦਾ ਜੇ ਆਪਾਂ ਸੋਚੀਏ ਦੋਵਾਂ ਪਾਸੇ ਧਾਰਾ ਕਿਸੇ ਦਾ 20-30 ਫੁੱਟ ਮੱਥਾ ਲੱਗਦਾ ਕਿਸੇ ਦਾ 4 ਵੀ ਲੱਗਦਾ ਕਿਸੇ ਦਾ 100 ਫੁੱਟ ਮੱਥਾ ਲੱਗਦਾ ਸੜਕ ਦੇ ਨਾਲ ਕਿਸੇ ਦਾ 150 ਜੇ 100 ਲੱਗਦਾ ਤੇ 100 ਹੀ ਦੂਸਰੇ ਬੰਦੇ 50-50 ਫੁੱਟ ਪੈ ਪਾਉਂਦਾ ਜੇ ਘਰ ਵਾਲੇ ਰਲ ਕੇ ਕਹਿਣਗੇ ਅਸੀਂ ਇੰਨਾ ਕੁ ਦਾਨ ਕਰਨਾ ਜੇ ਸਾਡੇ ਮੱਥੇ ਪੈਂਦਾ ਸਾਡਾ ਇੰਨਾ ਖਰਚਾ ਆਉਣਾ ਇੰਨਾ ਤਾਂ ਅਸੀਂ ਆਪ ਹੀ ਲਾਵਾਂਗੇ ਤੇ ਅਸੀਂ ਕਹਿੰਦੇ ਕੋਈ ਵੀ ਪ੍ਰੋਬਲਮ ਨਹੀਂ ਜੇ ਬੰਦੇ ਨਹੀਂ ਵੀ ਦੇ ਸਕਦਾ ਬਾਹਰ ਬੈਠੇ ਵੀਰ ਆ ਉਹ ਕਹਿੰਦੇ ਸਾਡਾ ਪਿੰਡ ਸਾਫ਼ ਸੁਥਰਾ ਚਾਹੀਦਾ ਪੈਸੇ ਲਾਉਣ ਨੂੰ ਤਿਆਰ ਆ ਤੇ ਫਿਰ ਸਾਨੂੰ ਮੁਫ਼ਤ ਵਿੱਚ ਹੁੰਦਾ ਤਾਂ ਅਸੀਂ ਅੱਛੀ ਸੇਵਾ ਕਰ ਲਈਏ ਤੇ ਇਹਨੂੰ ਵੱਡਾ ਹੋਰ ਕੋਈ ਗੋਲਡਨ ਚਾਂਸ ਨਹੀਂ ਹੋਣਾ ਕਿ ਇਹੋ ਜਿਹੇ ਬੁੱਧ ਕਾਰਜ ਦੇ ਵਿੱਚ ਅਸੀਂ ਹੱਥੀ ਸੇਵਾ ਕਰੀਏ ਤੇ ਖਾਸ ਕਰਕੇ ਅਸੀਂ ਮਾਤਾਵਾਂ ਬੀਬੀਆਂ ਨੂੰ ਬੇਨਤੀ ਕਰਾਂਗੇ ਕਿਉਂਕਿ ਇਹ ਸਭ ਤੋਂ ਵੱਡਾ ਲਾਹਾ ਮਾਤਾਵਾਂ ਬੀਬੀਆਂ ਨੂੰ ਹੋਣਾ ਕਿਉਂਕਿ ਜਿੰਨੀ ਵੀ ਨਾਲੀਆਂ ਦੀ ਸਫਾਈ ਹੈ ਮਾਈਆਂ ਨੂੰ ਕਰਨੀ ਪੈਂਦੀ ਹੈ ਘਰਾਂ ਦੀ ਸਫਾਈ ਮਾਤਾਵਾਂ ਨੂੰ ਕਰਨੀ ਪੈਂਦੀ ਹੈ ਜੇ ਘਰ ਸਾਫ਼ ਆ ਮੱਖੀ ਮੱਛਰ ਨਹੀਂ ਤੇ ਅਸੀਂ ਕਹਿੰਦੇ ਘਰ 'ਚ ਬਿਮਾਰੀ ਨਹੀਂ ਆਉਂਦੀ ਤੇ ਬਿਮਾਰੀ ਦਾ ਕਾਰਨ ਗੰਦਗੀ ਹੁੰਦੀ ਹੋਰ ਤਾਂ ਕੁਛ ਨਹੀਂ ਹੁੰਦਾ ਮੱਖਰ ਵੀ ਉੱਥੇ ਪੈਦਾ ਹੁੰਦਾ ਮੱਛੀ ਮੱਖੀ ਵੀ ਉੱਥੇ ਪੈਦਾ ਹੁੰਦੀ ਹੈ ਸੋ ਇਸ ਵਾਸਤੇ ਕਹਿੰਦੇ ਸਫਾਈ ਦੇ ਵਿੱਚ ਖੁਦਾਈ ਹੈ ਸਫਾਈ ਦੇ ਵਿੱਚ ਖੁਦਾਈ ਹੈ ਰੱਬ ਕਿੱਥੇ ਸਫਾਈ ਸਾਕਾ ਗੁਰੂ ਘਰ ਆਉਂਦੇ ਆ ਪਹਿਲਾਂ ਆਣ ਕੇ ਸਫਾਈ ਕਰਦੇ ਆ ਫਿਰ ਅਗਰਬੱਤੀ ਲਾਉਂਦੇ ਆ ਘਰ ਵਿੱਚ ਅਗਰਬੱਤੀ ਲਾਉਂਦੇ ਕਿ ਵਾਤਾਵਰਨ ਸਾਫ਼ ਸੁਥਰਾ ਹੋ ਕਿ ਘਰ ਵਿੱਚ ਸਮੈਲ ਵਧੀਆ ਨਹੀਂ ਤੇ ਸਿੰਕ ਛਿੜਕਦੇ ਆ ਅਗਰਬੱਤੀ ਲਾਉਂਦੇ ਕਿ ਘੱਟੋ ਘੱਟ ਵਾਤਾਵਰਨ ਤਾਂ ਸਾਫ਼ ਸੁਥਰਾ ਹੋਵੇ ਸੋ ਇਹ ਸਾਫ਼ ਬਹੁਤ ਜ਼ਰੂਰੀ ਹੈ ਤੇ ਇਹਦਾ ਜੇਕਰ ਅਸੀਂ ਪਿੰਡਾਂ ਦੇ ਵਿੱਚ ਸੀਵਰੇਜ ਪਾ ਕੇ ਤੁਹਾਡੇ ਉਹਦੇ ਵਿੱਚ ਰਾਹ ਵੀ ਖੁੱਲੇ ਹੋ ਜਾਣੇ ਦੋ ਦੋ ਨਾਲੀਆਂ ਤੁਹਾਡੇ ਦੇਖ ਕੇ ਆਏ ਨੇ ਇੱਕ ਖੱਬੇ ਬੰਨੇ ਇੱਕ ਸੱਜੇ ਬੰਨੇ
ਜਿਹੜੀਆਂ ਗੰਦੀਆਂ ਨਾਲੀਆਂ ਦੋਨੇ ਬੰਦ ਹੋ ਜਾਣੀਆਂ, ਉੱਥੇ ਤੁਸੀਂ ਬੂਟੇ ਲਾ ਸਕਦੇ ਹੋ, ਰਾਹ ਖੁੱਲੇ ਹੋ ਜਾਣਗੇ, ਗੰਦਗੀ ਵੀ ਨਹੀਂ ਹੋਊਗੀ, ਰਾਹ ਦੇ ਵਿੱਚ ਤੁਸੀਂ ਬੈਠ ਸਕਦੇ ਹੋ, ਸਾਫ਼ ਸੁਥਰੇ ਵਰਗੇ, ਕਿਉਂਕਿ ਸਭ ਤੋਂ ਵੱਡੀ ਗੰਦੀਆਂ ਦੀ ਨਾਲੀਆਂ ਦੀ ਗੰਦਗੀ ਹੈ। ਸੋ ਇਸ ਵਾਸਤੇ ਇਹਦਾ ਜੇ ਸੰਭੜ ਚ ਜਾਊਗਾ ਇਹ ਵੀ ਨੈਚੁਰਲੀ ਟ੍ਰੀਟ ਆ, ਕੋਈ ਵੱਡਾ ਖਰਚਾ ਨਹੀਂ ਆਉਂਦਾ। ਇੱਕ ਤਾਂ ਸ਼ਹਿਰਾਂ ਦੇ ਟ੍ਰੀਟਮੈਂਟ ਪਲਾਂਟ ਆ ਬੜੇ ਪੈਸੇ ਲਾ ਕੇ ਚੱਲਦੇ ਆ, ਤੁਹਾਡੇ ਕੋਲ ਸੰਭੜ ਹੈਗੇ ਆ, ਉਹਨੂੰ ਆਪਾਂ ਇਸ ਤਰੀਕੇ ਨਾਲ ਡਿਵਾਈਡ ਕਰਕੇ ਉਹਦੇ ਵਿੱਚ ਉਹਨੂੰ ਪਾਣੀ ਨੂੰ ਘੁਮਾ ਕੇ ਉਹ ਆਪਣੇ ਆਪ ਸੂਰਜ ਦੀਆਂ ਕਿਰਨਾਂ ਦੇ ਨਾਲ ਜਿਹੜੀ ਹੈ ਉਹ ਬੈਕਟੀਰੀਆ ਪੈਦਾ ਹੁੰਦੇ ਆ ਉਹਨੂੰ ਖਾ ਲੈਣਾ, ਕੋਈ ਉਹਦੇ ਵਾਸਤੇ ਕੋਈ ਸਪੈਸ਼ਲ ਤਰੀਕੇ ਦੀ ਲੋੜ ਨਹੀਂ। ਤੇ ਜਿਹੜਾ ਪਾਣੀ ਨਿਕਲਦਾ ਉਹ ਖੇਤੀ ਲਈ ਅਮਰਤ ਆ, ਜਿਹੜਾ ਅੱਜ ਟ੍ਰੀਟਡ ਪਾਣੀ ਹੈ ਕਈ ਵਾਰ ਕਹਿੰਦੇ ਨਾ ਜ਼ਿਆਦਾ ਪੈਣ ਦੇ ਉਹਨਾਂ ਨੁਕਸਾਨ ਹੁੰਦਾ, ਪਰ ਜਿਹੜਾ ਇਹ ਟ੍ਰੀਟਡ ਪਾਣੀ ਹੈ ਤੁਸੀਂ ਸੁਲਤਾਨਪੁਰ ਦੇਖਿਆ 8 ਕਿਲੋਮੀਟਰ ਚ ਲੱਗਦਾ, ਜ਼ਿਮੀਦਾਰ ਇੱਕ ਦੂਸਰੇ ਨਾਲ ਲੜਦੇ ਆ, ਮੇਰੀ ਵਾਰੀ ਨਹੀਂ ਆਈ ਕਿਉਂਕਿ ਬਿਜਲੀ ਦੀ ਲੋੜ ਨਹੀਂ, ਨਾਕਾ ਖੋਲ ਪਾਣੀ ਖੇਤ ਚ ਲੱਗਦਾ, ਉਹ ਆਪਸ ਵਿੱਚ ਲੜਦੇ ਆ ਕਿਉਂਕਿ ਇਹ 3-2 ਪਾਣੀ ਲੱਗ ਜਾਂਦੇ ਆ ਉਹਦੇ ਵਿੱਚ 72 ਕਿਲੋ ਜਿਹੜੀ ਆ ਉਹ ਯੂਰੀਆ ਚੱਲ ਜਾਂਦੀ ਹੈ। ਸਾਰਾ ਯੂਨੀਵਰਸਿਟੀ ਨੇ ਟੈਸਟ ਕੀਤਾ 72 ਕਿਲੋ, ਭਾਵ ਡੇਢ ਬੋਰਾ ਜਿਹੜਾ ਹੈਗਾ ਉਹ ਯੂਰੀਆ ਖਾਦਾ ਚੱਲ ਜਾਂਦਾ। ਹੁਣ ਜੇ 2 ਪਾਣੀ ਆ ਤਾਂ ਜਿਹੜਾ ਕਟਾਈ ਕਰਦੇ ਫਸਲਾਂ ਨੂੰ ਹਰ ਫਸਲ ਪਾਣੀ ਕਟਾਈ ਕਰਕੇ ਲਾ ਦਿਓ, ਲੋੜ ਹੀ ਕੋਈ ਨਹੀਂ ਖਤਮ ਹੋਣ, ਕਿਉਂਕਿ ਜਿਹੜਾ ਸਾਡੇ ਸਾਰੇ ਜਿਹੜੀ ਪਸ਼ੂ ਅਸੀਂ ਅੱਗੇ ਖੇਤਾਂ ਚ ਰੱਖਦੇ ਸੀ, ਖੁਰਲੀਆਂ ਬੰਨਦੇ ਸੀ, ਜਿਹੜਾ ਢੇਰ ਆ ਇਹਨੂੰ ਚੱਕ ਕੇ ਖੇਤਾਂ ਚ ਪਾਉਂਦੇ ਸੀ, ਜਿਹੜਾ ਨਿਆਈ ਦੇ ਵਿੱਚ ਜ਼ਮੀਨ ਭਾਰੀ ਹੁੰਦੀ ਸੀ ਉਹਦਾ ਕਾਰਨ ਕੀ ਹੁੰਦਾ ਸੀ, ਬਾਹਰ ਅੰਦਰ ਅਸੀਂ ਖੇਤਾਂ ਚ ਜਾਂਦੇ ਸੀ, ਉਹ ਸਾਰੇ ਦਾ ਸਾਰਾ ਹੁਣ ਸਾਡਾ ਛੱਪੜਾ ਚ ਜਾਣ ਲੱਗਦਾ। ਤੇ ਜੇ ਛੱਪੜਾ ਦਾ ਪਾਣੀ ਖੇਤੀ ਨੂੰ ਲੱਗਦਾ ਤੇ ਉਹ ਸਾਰੀ ਦੀ ਸਾਰੀ ਜਿਹੜੀ ਜਿਹੜੀ ਚੀਜ਼ ਇਹ ਜਿਹੜਾ ਪਿੰਡ ਦਾ ਪਾਣੀ ਹੈਗਾ ਇਹਨੂੰ ਖਾਦ ਦੇ ਤੌਰ ਤੇ ਵਰਤਣਾ ਚਾਹੀਦਾ, ਪਾਣੀ ਦੇ ਤੌਰ ਤੇ ਵਰਤਣਾ ਚਾਹੀਦਾ। ਝੋਨੇ ਨੂੰ 40 ਦਿਨ ਤੱਕ ਵਰਤੋ, ਕਹਿੰਦੇ ਦਾਵੇ ਦੇ ਨਾਲ 100% ਠੀਕ ਰਹੂਗਾ, ਕੋਈ ਖਾਦ ਪਾਉਣ ਦੀ ਲੋੜ ਨਹੀਂ, ਪਰ 40 ਦਿਨ ਤੋਂ ਮਗਰੋਂ ਉਹਨਾਂ ਨੂੰ ਨਾ ਲਾਓ, ਪੱਠਿਆਂ ਨੂੰ ਤੁਸੀਂ 100% ਵਰਤੋ, ਕਿਉਂਕਿ ਤੁਸੀਂ ਜਿੰਨੇ ਜ਼ਿਮੀਦਾਰ ਉਹਨਾਂ ਨੂੰ ਦੱਸਦੇ ਆ ਅੱਜ ਵੀ ਲਾ ਲੈਂਦੇ ਆ, ਪਰ ਉਹਨਾਂ ਨੂੰ ਕਿਉਂਕਿ ਟ੍ਰੀਟ ਕੀਤਾ ਪਾਣੀ ਅਨਟ੍ਰੀਟਡ ਪਾਣੀ ਹੋਵੇ ਉਹ ਨੁਕਸਾਨ ਕਰਦਾ। ਸੋ ਇਸ ਵਾਸਤੇ ਤੁਹਾਡਾ ਜਿਹੜਾ ਪਾਣੀ ਹੈ ਉਹ ਵੀ ਬਿਨਾਂ ਕਿਸੇ ਬਿਜਲੀ ਤੋਂ ਟ੍ਰੀਟ ਹੋਊਗਾ, ਰੱਬ ਕਰੂਗਾ ਟ੍ਰੀਟ, ਸੂਰਜ ਦੀਆਂ ਕਿਰਨਾਂ ਪੈਂਦੀਆਂ ਉਹਦੇ ਨਾਲ ਉਹ ਟ੍ਰੀਟ ਹੁੰਦਾ। ਇਹ ਸਾਡਾ ਅਰਬ ਲੱਖਾਂ ਸਾਲਾਂ ਤੋਂ ਇਹ ਸਿਸਟਮ ਬਣਿਆ ਹੋਇਆ, ਹੁਣ ਤੱਕ ਕਿਤੇ ਨਹੀਂ ਤੁਸੀਂ ਦੇਖਿਆ ਹੋਊਗਾ ਕਿ ਕਿਤੇ ਵੇਈਆਂ ਦਰਿਆ ਸਾਫ਼ ਹੋਏ ਹੋਣ ਜਾਂ ਕੋਈ ਪਿਛਲੇ ਯੁੱਗਾਂ ਦੇ ਵਿੱਚ ਕਿਤੇ ਨਦੀ ਸਾਫ਼ ਹੋਈ, ਲੋੜ ਹੀ ਨਹੀਂ ਪੈਂਦੀ ਸੀ, ਲੋਕ ਸਿਆਣੇ ਸੀ, ਕੁਦਰਤੀ ਸੋਮੇ ਨੂੰ ਸੰਭਾਲਿਆ ਹੋਇਆ ਸੀ। ਫਿਰ ਦੁਬਾਰਾ ਸਾਨੂੰ ਉਹਨਾਂ ਚੀਜ਼ਾਂ ਨੂੰ ਇਹ ਜਿਹੜੇ ਪਿੰਡਾਂ ਦੇ ਪਾਣੀ ਆ ਇਹ ਸਰਾਪ ਨੇ ਵਰਦਾਨ ਦੇ ਅਸੀਂ ਇਹਨੂੰ ਸਹੀ ਤਰੀਕੇ ਨਾਲ ਵਰਤੋਂ ਕਰ ਲਈਏ, ਤੇ ਜਦੋਂ ਅਸੀਂ ਰਾਹਾਂ 'ਚ ਸੜ ਲੈਂਦੇ ਹਾਂ ਤੇ ਬਦਬੋ ਵੀ ਆਉਂਦੀ ਆ, ਮੱਖੀਆਂ ਵੀ ਪੈਦਾ ਕਰਦੇ ਆ, ਮੱਛਰ ਵੀ ਆਉਂਦਾ ਤੇ ਧਰਤੀ ਹੇਠਲੇ ਪਾਣੀ ਨੂੰ ਵੀ ਗੰਦਾ ਹੁੰਦਾ। ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀ ਨਵੀਂ ਬਣੀ ਪੰਚਾਇਤ ਦਾ, ਸਰਪੰਚ ਸਾਹਿਬ ਦਾ, ਤੇ ਅਸੀਂ ਬੇਨਤੀ ਕਰਾਂਗੇ ਕਿ ਪਿੰਡ ਵਾਲਿਆਂ ਨੇ ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਅੱਗੇ ਲੈ ਕੇ ਆਉਣਾ ਕਿ ਤੁਸੀਂ ਪਿੰਡ ਦੇ ਵਿਕਾਸ ਵਾਸਤੇ, ਪਿੰਡ ਦੀ ਬਿਹਤਰੀ ਵਾਸਤੇ ਜਿਹੜਾ ਹੈ ਕੰਮ ਕਰੋ, ਤੇ ਬਹੁਤ ਹੀ ਸਮਾਜ ਦੀ ਪਿੰਡ ਦੀ ਇਲਾਕੇ ਦੇ ਵਿੱਚ ਉਦਾਹਰਣ ਹੋਊਗੀ, ਤੁਹਾਡੀ ਪੰਚਾਇਤ ਵੱਲੋਂ ਵੀ, ਕਮੇਟੀ ਵੱਲੋਂ ਵੀ, ਤੁਹਾਡੇ ਪਿੰਡ ਵਾਲਿਆਂ ਨੂੰ ਇੱਕ ਬਹੁਤ ਵੱਡਾ ਮਾਣ ਹੋਊਗਾ ਕਿ ਅਸੀਂ ਗੁਰੂ ਪਾਤਸ਼ਾਹ ਦੇ ਇਸ ਪਵਿੱਤਰ ਨਗਰੀ ਨੂੰ ਥਾਂ ਥਾਂ ਗੁਰੂ ਘਰ ਵਿੱਚ ਅਗਰਬੱਤੀ ਤਾਂ ਆਪਾਂ ਲਾਉਂਦੇ ਹਾਂ, ਜੇ ਆਪਾਂ ਉਹ ਬਦਬੂ ਬੰਦ ਕਰਦੇ ਹਾਂ ਤਾਂ ਅਗਰਬੱਤੀ ਨਾਲੋਂ ਵੀ ਜ਼ਿਆਦਾ ਮਹੱਤਵ ਆ। ਅਗਰਬੱਤੀ ਇਸੇ ਵਾਸਤੇ ਲਾਉਂਦੇ ਹਾਂ ਕਿ ਗੰਦੀ ਹਵਾ ਨਾ ਆਵੇ, ਤੇ ਜੇ ਗੰਦੀ ਹਵਾ ਬੰਦ ਕਰਦੇ ਹਾਂ ਇਹ ਤੋਂ ਵੱਡਾ ਪੁੰਨ ਦਾ ਕਾਰਨ ਹੋਰ ਕੀ ਹੋ ਸਕਦਾ। ਸੋ ਇਸ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਵਾਰ ਵਾਰ ਇਸ ਕਾਰਜ ਵਾਸਤੇ ਚੇਤਾ ਕਰਵਾ ਰਹੇ ਹਾਂ, ਤੇ ਗੁਰਮੁਖ ਪਿਆਰ ਜਿੰਨਾ ਵੀ ਸਾਨੂੰ ਸਮਝ ਆ, ਗੁਰੂ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਜਿੰਨਾ ਵੀ ਆਪਾਂ ਇਹਨੂੰ ਵਧੀਆ ਬਣਾ ਸਕਦੇ ਹਾਂ ਉਹਦੇ ਵਾਸਤੇ ਲੋੜ ਆ। ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਸ਼ਮੂਲੀਅਤ ਤੋਂ ਬਿਨਾਂ ਇਹ ਕੁਛ ਨਹੀਂ ਹੋ ਸਕਦਾ, ਜੇ ਤੁਸੀਂ ਚਾਹੋਗੇ, ਕਿਉਂਕਿ ਇੱਕ ਜਿਹੜਾ ਗੰਦਗੀ ਦੇ ਵਿੱਚ ਜਾਂ ਛੱਪੜ ਦੇ ਵਿੱਚ ਡਿੱਗਾ ਹੋਇਆ ਕੋਈ ਬੰਦਾ ਹੋਵੇ ਜਾਂ ਪਸ਼ੂ ਵੀ ਹੋਵੇ, ਉਹਨੂੰ ਵਿਚਰਨ ਦਾ ਬੰਦਾ ਨਹੀਂ ਕਰ ਸਕਦਾ, ਉਹਨੂੰ ਬਾਹਰੋਂ ਜਿਹੜਾ ਹੈ ਹੱਥ ਫੜ ਕੇ ਬਾਹਰ ਕਰ ਸਕਦਾ, ਤੇ ਜੇ ਉਹ ਪਸ਼ੂ
ਉਤਾਰਨਾ ਉਹ ਕੋਈ ਨਹੀਂ ਕਰ ਸਕਦਾ। ਹੱਥ ਸਰੀਰ ਦੇ ਵਿੱਚ ਘਿਰਿਆ ਹੋਇਆ ਤੇ ਤੁਸੀਂ ਮਹਿਸੂਸ ਕਰਨਾ ਵੀ ਇੱਕ ਇੱਕ ਸ਼ੁਰੂਆਤ ਆ ਤੇ ਜਿੰਨਾ ਚਿਰ ਅਸੀਂ ਮਹਿਸੂਸ ਨਹੀਂ ਕਰਦੇ ਉਹਨਾਂ ਚਿਰ ਕੋਈ ਕੱਢ ਨਹੀਂ ਸਕਦਾ। ਚਾਹੇ ਉਹ ਬੰਦਾ ਵਿੱਚ ਡਿੱਗਾ ਹੋਇਆ ਉਹ ਆਪ ਨਿਕਲਣਾ ਚਾਹੇ ਉਹਨੂੰ ਰੱਸੀ ਛਿੱਟ ਕੇ ਉਹਦਾ ਹੱਥ ਫੜ ਕੇ ਉਹਨੂੰ ਬਾਹਰ ਕੱਢਿਆ ਜਾ ਸਕਦਾ, ਪਸ਼ੂ ਨੂੰ ਵੀ ਬਾਹਰ ਕੱਢਿਆ ਜਾ ਸਕਦਾ, ਬੰਦੇ ਨੂੰ ਵੀ ਬਾਹਰ ਕੱਢਿਆ ਜਾ ਸਕਦਾ, ਪਰ ਘੱਟੋ ਘੱਟ ਉਹ ਨਿਕਲਣਾ ਚਾਹੁੰਦਾ। ਸੋ ਤੁਸੀਂ ਨਿਕਲਣਾ ਚਾਹੁੰਦੇ ਹੈ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੈ, ਅਸੀਂ ਹਰ ਪਿੰਡ ਹਰ ਸ਼ਹਿਰ ਉਹਨੂੰ ਕੱਢਣਾ ਚਾਹੁੰਦੇ ਹਾਂ, ਦਿਲੋਂ ਚਾਹੁੰਦੇ ਹਾਂ ਕਿ ਤਾਂ ਹੀ ਇਹ ਸਾਰਾ ਕੁਛ ਤੰਦਰੁਸਤੀ ਆਊਗੀ। ਹਸਪਤਾਲਾਂ ਦਾ ਤੰਦਰੁਸਤੀ ਨਹੀਂ ਆਉਣੀ, ਹਸਪਤਾਲਾਂ ਦੀ ਲੋੜ ਆ, ਪਰ ਜੇ ਸ਼ੁੱਧ ਹਵਾ ਨਹੀਂ ਸ਼ੁੱਧ ਪਾਣੀ ਨਹੀਂ ਫਿਰ ਰੋਗੀ ਵੱਧਦੇ ਜਾਣਗੇ, ਹਸਪਤਾਲ ਵੱਧਦੇ ਜਾਣਗੇ ਪਰ ਤੰਦਰੁਸਤੀ ਨਹੀਂ ਆਊ। ਤੇ ਜੇ ਹਵਾ ਪਾਣੀ ਖੁਰਾਕ ਸ਼ੁੱਧ ਹੋਜੂਗੀ ਫਿਰ ਹਸਪਤਾਲ ਘੱਟਦੇ ਜਾਣਗੇ, ਤੰਦਰੁਸਤੀ ਤੁਰੇ। ਸਾਡੇ ਪਿੰਡ ਪਹਿਲਾ ਮੇਲਾ ਅਸੀਂ ਸਾਰਾ ਸੀਵਰੇਜ ਸਿਸਟਮ ਪਾਇਆ, ਮਹਾਂਪੁਰਸ਼ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਦੇ ਕੋਈ ਮੋਬਾਇਲ ਪੈਦਾ, ਕਹਿੰਦੇ ਬਾਬਾ ਜੀ ਅਸੀਂ ਤੁਹਾਡੇ ਪਿੰਡ ਕੈਂਪ ਲਾਉਣਾ ਚਾਹੁੰਦੇ ਹਾਂ ਤੇ ਉੱਥੇ ਤੁਸੀਂ ਹੈਲਪ ਕਰੋ, ਅਸੀਂ ਕਿਹਾ ਤੁਹਾਨੂੰ ਜਗ੍ਹਾ ਦੇ ਦਾਂਗੇ, ਸਰਪੰਚ ਵੀ ਅਸੀਂ ਸੀ ਉੱਥੇ, ਜਿੰਨੇ ਆਉਣ ਵਾਲੇ ਉਹ ਚਾਹ ਪਾਣੀ ਵੀ ਉਹਨਾਂ ਨੂੰ ਪਿਆ ਦਾਂਗੇ, ਅਸੀਂ ਉੱਥੇ ਜਿੱਦਣ ਸ਼ੁਰੂ ਹੋਣਾ ਉਦਘਾਟਨ ਵੀ ਕਰਵਾ ਦਾਂਗੇ, ਪਿੰਡਾਂ ਵਿੱਚ ਲੋਸ ਪਿੰਡਾਂ ਵੀ ਕਰਵਾ ਦਾਂਗੇ, ਸਾਰਾ ਕੁਛ ਕੀਤਾ ਸ਼ੁਰੂ ਕਰਾਤਾ। ਤਕਰੀਬਨ 5-6 ਮਹੀਨੇ ਲੱਗੇ, ਫਿਰ ਸੇਵਾਦਾਰ ਦਾ ਫੋਨ ਆਇਆ ਕਹਿੰਦੇ ਬਾਬਾ ਜੀ ਪਿੰਡਾਂ ਵਿੱਚ ਅਲੋਸਮੈਂਟ ਕਰਾਉਣੀ ਆ, ਇਸ ਕੱਲ ਵਾਸਤੇ ਕਹਿੰਦੇ ਜੀ ਮਰੀਜ਼ ਬਹੁਤ ਘੱਟ ਗਿਆ ਤੇ ਮਰੀਜ਼ ਉਹਨੇ ਨਹੀਂ ਆਉਂਦੇ ਰਹੇ, ਕਹਿੰਦੇ ਖੁਸ਼ੀ ਵਾਲੀ ਗੱਲ ਇਹ ਤਾਂ ਖੁਸ਼ੀ ਵਾਲੀ ਗੱਲ ਆ, ਮਰੀਜ਼ਾਂ ਦਾ ਘੱਟ ਜਾਣਾ ਇਹ ਤਾਂ ਗੱਲ। ਪਹਿਲਾਂ ਸਾਡਾ ਫਰਜ਼ ਸੀਗਾ ਦੱਸਣਾ ਵੀ ਇੱਥੇ ਡਾਕਟਰ ਆਉਂਦੇ ਆ ਦਵਾਈ ਲੈ ਕੇ ਜਾ, ਹੁਣ ਤਾਂ ਸਾਰਿਆਂ ਨੂੰ ਹੋਟਲ ਪਤਾ ਤੇ ਜੇ ਨਹੀਂ ਆਉਂਦੇ ਤੇ ਇਹ ਤਾਂ ਲੱਡੂ ਵੰਡਣ ਵਾਲੀ ਗੱਲ ਆ ਵੀ ਸਾਡੇ ਮਰੀਜ਼ ਘੱਟ ਗਏ, ਕੋਈ ਚਿੰਤਾ ਵਾਲੀ ਗੱਲ ਨਹੀਂ। ਵੀ ਕਹਿੰਦੇ ਬਾਬਾ ਜੀ ਅਸੀਂ ਦੂਸਰੇ ਪਿੰਡ 'ਚ ਲੈ ਜਾਈਏ, ਘੋੜੀ ਹੈ ਜਿੱਥੇ ਜ਼ਿਆਦਾ ਬਿਮਾਰੀ ਹੋਈ ਜਾਏ ਉੱਥੇ ਲਿਜਾ ਕੇ ਤੁਹਾਨੂੰ ਅਸੀਂ ਇੱਥੇ ਬਿਠਾ ਲਈ ਰੱਖੀ ਇਹ, ਵੀ ਤੁਸੀਂ ਇੱਥੇ ਰੋਜ਼ ਜ਼ਰੂਰ ਆਓ ਜੀ, ਜਿੱਥੇ ਮਰੀਜ਼ ਆ ਉਹਨਾਂ ਕੋਲ ਵੈਨ ਚੱਲਦੀ ਹੈ ਤੁਸੀਂ ਉੱਥੇ ਲੈ ਜਾਓ। ਕਹਿਣ ਦਾ ਭਾਵ ਕਿ ਜਿੱਥੇ ਵਾਤਾਵਰਨ ਸਾਫ਼ ਹੋ ਜਾਂਦਾ ਉੱਥੇ ਬਿਮਾਰੀ ਆਪਣੇ ਆਪ ਹੀ ਘੱਟ ਜਾਂਦੀ ਹੈ, ਤੇ ਜਿੱਥੇ ਹਸਪਤਾਲ ਖੁੱਲ ਜੂਗਾ ਉੱਥੇ ਰੋਗੀ ਘਟਣੇ ਚਾਹੀਦੇ ਆ, ਤੇ ਕਈ ਵਾਰ ਰੋਗੀ ਵਧਣੇ ਸ਼ੁਰੂ ਹੋ ਜਾਂਦੇ ਆ। ਸੋ ਉਹ ਜੇ ਅਸੀਂ ਸਹੀ ਤਰੀਕਾ ਇਹ ਹੈ ਕਿ ਰੋਗੀਆਂ ਨੂੰ ਘਟਾਉਣਾ ਤੇ ਸਾਡੇ ਜਿੰਨੇ ਵੀ ਹਸਪਤਾਲ ਹੋ ਜਾਣ ਉਹ ਥੋੜੇ ਹੈ, ਕਿਉਂਕਿ ਜੇ ਸਾਡਾ ਸਰੀਰ ਹੀ ਤੰਦਰੁਸਤ ਦਵਾ ਤੋਂ ਬਿਨਾਂ ਮਰੀਜ਼ ਨੂੰ ਤਾਂ ਸਰਿਆ ਨਹੀਂ ਜਾਂਦਾ। ਸੋ ਇਸ ਵਾਸਤੇ ਅੱਜ ਬਹੁਤ ਵੱਡੀ ਲੋੜ ਆ ਕਿ ਅਸੀਂ ਤੰਦਰੁਸਤੀ ਲਿਆਉਣ ਵਾਸਤੇ ਇਹ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਤੁਹਾਡੀ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਵੱਖ ਵੱਖ ਸਮਿਆਂ ਤੇ ਬਾਹਰ ਬੈਠ ਕੇ ਸੰਪਰਕ ਕਰ ਰਹੇ ਹੈ, ਤੇ ਅਸੀਂ ਵੀ ਬੇਨਤੀ ਕਰਾਂਗੇ ਕਿ ਜਿੰਨਾ ਵੀ ਕੰਮ ਤੁਸੀਂ ਕਰਨਾ ਬੜੀ ਪਾਰਦਰਸ਼ਤਾ ਦੇ ਨਾਲ ਕਰਨਾ ਤਾਂ ਕਿ ਹੋਰ ਪਿੰਡ ਵੀ ਉਤਸ਼ਾਹਿਤ ਹੋਣ। ਕੋਈ ਵੀ ਕਾਰਜ ਕਰਦੇ ਹਾਂ ਜਦੋਂ ਅਸੀਂ ਕੋਈ ਵੀ ਜਿਹੜਾ ਹੈ ਕਾਰਜ ਸਾਡਾ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਤੁਹਾਨੂੰ ਟੈਕਨੀਕਲੀ ਸਪੋਰਟ ਦੇਵਾਂਗੇ, ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਪੈਰ ਪਾਉਣੇ ਪੈਣ ਤੁਸੀਂ ਨਾਲ ਖੜੋਗੇ ਅਸੀਂ ਤੁਹਾਡੇ ਨਾਲ ਖੜਨਾ ਤਿਆਰ, ਪਰ ਜਿਹੜਾ ਜੋ ਵੀ ਕੁਛ ਬਾਹਰੋਂ ਆਇਆ ਆਉਂਦੀ ਹੈ ਜਾਂ ਕੁਛ ਤੁਸੀਂ ਕਾਰਜ ਕਰਦੇ ਹੋ ਉਹਦਾ ਪੂਰਾ ਜਿਹੜਾ ਹੈ ਬਿਆਰਾ ਜਿਹੜਾ ਹੈਗਾ ਕਮੇਟੀ ਜਾਂ ਪੰਚਾਇਤ ਦਾ ਕੋਈ ਇਹ ਨਾ ਕਵੇ। ਕਈ ਵਾਰ ਆਉਂਦਾ ਕਿ ਜਿਹਨਾਂ ਨੇ ਆਲੋਚਨਾ ਉਹ ਕਰਦਾ ਹੁੰਦਾ ਜਿਹਨਾਂ ਨੇ ਪੰਜੀ ਦੇਣੀ ਨਹੀਂ ਹੁੰਦੀ, ਜਿਹੜਾ ਅਸੀਂ ਦੇਖਿਆ ਨਾ ਦਾਨ ਕਰਦਾ ਉਹ ਕਦੇ ਕਿਸੇ ਨੂੰ ਨਹੀਂ ਪੁੱਛੂਗਾ ਪੈਸੇ ਕਿੱਥੇ ਕਰਦੇ, ਜਿਹਨੇ ਕੁਛ ਨਹੀਂ ਦਿੱਤਾ ਹੁੰਦਾ ਉਹ ਕਹਿੰਦਾ ਲਿਆਓ ਪੈਸੇ ਕਿੱਥੇ ਰੱਖੀਏ, ਦੇਖੇ ਨੇ ਸਾਡੇ ਕੋਲ ਸਾਰਾ ਕੁਛ ਹੋਵੇ ਅਸੀਂ ਕਹਿੰਦੇ ਜੀ ਇੱਥੇ ਵਰਤਦੇ। ਸੋ ਇਸ ਵਾਸਤੇ ਉਹਦੇ ਨਾਲ ਦਾ ਜਿਹੜਾ ਦਾਨੀ ਹੈ ਉਹਦੀ ਵੀ ਉਹਦਾ ਵੀ ਹੌਸਲਾ ਵੱਧਾ, ਤੇ ਜਿਹੜਾ ਦੂਸਰਾ ਉਹ ਕਹਿੰਦਾ ਭਾਈ ਪੈਸਾ ਤਾਂ ਬੜੇ ਵਧੀਆ ਤਰੀਕੇ ਨਾਲ ਇੰਨਾ ਸੁਧਾਰ ਹੋ ਗਿਆ ਉਹਦਾ ਵੀ ਜੀ ਕਰਦਾ। ਸੋ ਇਸ ਵਾਸਤੇ ਅਸੀਂ ਬੇਨਤੀ ਕਰਾਂਗੇ ਸਾਡਾ ਅਸੀਂ ਸਾਡੇ ਵਾਸਤੇ ਤੁਸੀਂ ਸਾਰੇ ਇੱਕ ਸਮਾਨ, ਅਸੀਂ ਸਭ ਦਾ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ ਤੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਹ ਲੰਗਰ ਜਿਹੜਾ ਹੈ ਇਸ ਸੀਵਰੇਜ ਪੈ ਕੇ ਇਹ ਪ੍ਰਦੂਸ਼ਣ ਮੁਕਤ ਹੋਵੇ, ਤੇ ਜਿਹਨੇ ਵੀ ਨਾਲ ਦੀ ਨਾਲ ਕਿਤੇ ਮਗਰੋਂ ਪਲਾਂਟੇਸ਼ਨ ਵੀ ਕਰਾਂਗੇ ਜਿੱਥੇ ਸੀਗਾ ਨਾ, ਤੇ ਜੇ ਆਪਦੇ ਘਰ ਮੂਹਰੇ ਵੀ ਤੁਸੀਂ ਬੂਟਾ ਲਾ ਦਿੰਦੇ ਆ ਇਹ ਵੀ ਪਰਿਆਵਰਨ ਦੀ ਸੇਵਾ, ਆਪਣੇ ਖੇਤ ਚ ਲਾ ਦਿੰਦੇ ਆ ਉਹ ਵੀ ਪਰਿਆਵਰਨ ਦੀ ਸੇਵਾ, ਅਸੀਂ ਲੱਗਾ ਹੋਇਆ ਬੂਟਾ ਨੂੰ ਪਾਣੀ ਪਾ ਦਿੰਦੇ ਆ ਇਹ ਵੀ ਪਰਿਆਵਰਨ ਦੀ ਸੇਵਾ, ਕੱਲਾ ਲਾਉਣਾ ਹੀ ਨੁਕਸਾਨ ਨਹੀਂ ਉਹਨੂੰ ਸੰਭਾਲਣਾ ਪਾਣੀ ਪਾਉਣਾ ਉਹ ਵੀ ਗੱਲ।
ਸੋ ਇਸ ਵਾਸਤੇ ਚੇਤਨਾ ਪੈਦਾ ਹੋਣ ਦੀ ਲੋੜ ਆ ਕਿ ਅਸੀਂ ਆਪਣਾ ਘਰ ਹੀ ਨਹੀਂ ਪਹਿਲੀ ਗੱਲ ਆਪਣਾ ਘਰ ਸ਼ੁਰੂ ਕਰੀਏ, ਘਰ ਦੇ ਨਾਲ ਆਲਾ ਦੁਆਲਾ ਸ਼ੁਰੂ ਕਰੀਏ, ਆਪਣਾ ਪਿੰਡ ਸ਼ੁਰੂ ਕਰੀਏ, ਪਿੰਡ ਤੋਂ ਹਰ ਪਿੰਡ ਸ਼ੁਰੂ ਕਰਦੇ ਫਿਰ ਇਲਾਕਾ ਹੋ ਗਿਆ, ਹਰ ਇਲਾਕਾ ਹੋ ਜਾਂਦਾ ਤੇ ਆਪਣਾ ਸਾਰਾ ਦੇਸ਼ ਹੋ ਗਿਆ। ਸੋ ਇਸੇ ਤਰ੍ਹਾਂ ਹੀ ਆਪਾਂ ਇਸ ਸਫਾਈ ਮੁਹਿੰਮ ਵੱਲ ਨੂੰ ਅੱਗੇ ਵਧਣਾ, ਤੁਸੀਂ ਇਹਦੇ ਵਿੱਚ ਜਿਹੜੀ ਹੈ ਇਹਨਾਂ ਚਾਅ ਦੇ ਨਾਲ ਇਸ ਕਾਲ ਦੇ ਵਿੱਚ ਅੱਗੇ ਵੱਧ ਰਹੇ ਹਾਂ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਪਾਤਸ਼ਾਹ ਕਿਰਪਾ ਕਰੋ, ਜਿਸ ਤਰ੍ਹਾਂ ਇਸ ਧਰਤੀ ਨੂੰ ਆਪਣੇ ਚਰਨ ਮੁਬਾਰਕ ਪਾ ਕੇ ਨਵਾਜਿਆ, ਇਹਦੀ ਮਹਾਨਤਾ ਦਿੱਤੀ ਹੈ, ਇਹਦੀ ਸੁੰਦਰਤਾ, ਇਹਦੀ ਹਰਿਆਵਲ, ਇਹਦਾ ਆਲਾ ਦੁਆਲਾ ਸਾਫ਼ ਸੁਥਰਾ ਵੀ ਉਸੇ ਤਰ੍ਹਾਂ ਦਾ ਹੋਵੇ, ਪ੍ਰਦੂਸ਼ਣ ਮੁਕਤ ਹੋਵੇ, ਤਾਂ ਕਿ ਇੱਥੋਂ ਦੇ ਲੋਕਾਂ ਤੋਂ, ਇੱਥੋਂ ਦੀਆਂ ਸੜਕਾਂ ਤੋਂ, ਇਸ ਨਗਰ ਤੋਂ ਇਹ ਕਾਰਜ ਨੂੰ ਸਤਿਗੁਰ ਕਰਵਾਉਣ ਤੇ ਇਹਦੇ ਵਾਸਤੇ ਬਾਕੀ ਜਿਹੜੀ ਤੋ ਫੂਕ ਕੱਢਣ ਵਾਲੇ ਵੀ ਹੁੰਦੇ ਆ, ਉਹਨਾਂ ਦੀ ਸੁਣਨ ਦੀ ਲੋੜ ਨਹੀਂ, ਇਹ ਕਾਰਜ ਕੋਈ ਔਖਾ ਨਹੀਂ। ਜੇ ਉਹ ਚਾਰ ਸਲਾਹ ਦੇਣ ਨਾਲ ਵਧੀਆ ਵੀ ਚਲੋ ਜੇ ਸ਼ਕਰ ਵਾਲੇ ਪਾ ਲੈਂਦੇ ਆਪਾਂ ਹੁਣੇ ਸ਼ੁਰੂ ਕਰ ਦਿੰਦੇ। ਸੋ ਇਹੋ ਜਿਹਾ ਵੀ ਫਿਰ ਕਹਿੰਦੇ ਜੀ ਉਹ ਚੱਕਰ ਦੇ ਵਿੱਚ ਕਹਿੰਦੇ ਜੀ ਉਹ ਉਸ ਬੰਦੇ ਕਹਿੰਦੇ ਜੀ ਅੱਗੇ ਤਾਂ ਬਾਈ ਦੇ ਸੀਵਰ ਚ ਪੈ ਗਿਆ, ਉਹਨਾਂ ਪਿੰਡ ਬਾਹਲਾ ਜ਼ਿਆਦਾ ਕ੍ਰਿਮੀਨਲ ਸੀ, ਪਤਾ ਨੀ ਉੱਥੇ ਕਾਫੀ ਕੋਰਟ ਦੇ ਅਦਾਲਤਾਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਚੱਲਦੇ। ਕਹਿੰਦੇ ਕਿ ਇਹ ਸੰਪੜੋ ਚ ਬੰਦਾ ਕੋਈ ਮਾਰਕੇ ਦੇ ਵਿੱਚ ਸਿਰ ਦਿੰਦੇ ਪਤਾ ਹੀ ਨੀ ਲੱਗਣਾ ਹੈ, ਕਿੱਡੀ ਬੁੱਧੀ ਸੋਚਣੀ ਹੈ ਵੀ ਸੀਵਰੇਜ ਇਸ ਕੰਮ ਨੂੰ ਹੁੰਦੇ, ਸੀਵਰੇਜ ਇਸ ਕੰਮ ਨੂੰ ਹੁੰਦੇ, ਬੋਲੀ ਬੋਲਣ ਵਾਸਤੇ ਹੁੰਦੇ, ਬੰਦੇ ਸਿੱਟਣ ਵਾਸਤੇ ਹੁੰਦੇ, ਇਹ ਬੰਦੇ ਵੀ ਬਦਲ ਜਾਣਗੇ। ਹੁਣ ਤੁਸੀਂ ਦੇਖੋ ਇੰਨੇ ਸਰਬ ਸੰਤ ਵਧੀਆ ਉਹਨਾਂ ਨੇ ਆਪਣੇ ਪਿੰਡ ਵਿੱਚੋਂ ਪੰਚਾਇਤ ਜਿਹੜੀ ਹੈ ਚੁਣੀ ਹੈ, ਉਹੀ ਬੰਦੇ ਜਿਹੜੇ ਸੇਵਾ ਦੇ ਵਿੱਚ ਲੱਗੇ ਉਹਨਾਂ ਦਾ ਇੱਕ ਅਸੀਂ ਚਾਹੁੰਦੇ ਕਿ ਕਈ ਵਾਰ ਨੈਗੇਟਿਵ ਸੋਚਿਆ ਨੇ ਤੇ ਕਹਿੰਦੇ ਇਹ ਕਿ ਤੂੜੀ ਵਾਲਾ ਕੰਮ ਹੀ ਨੀ ਸਾਡਾ ਛੱਡਿਆ, ਇਹਦੇ ਵੀ ਕੋਈ ਢੱਕਣ ਚੁੱਕੂਗਾ ਉਹਦੇ ਵਿੱਚ ਜੋ ਮਰਜ਼ੀ ਸਿੱਟਦੇ, ਉਹ ਇਹੋ ਜਿਹੇ ਢੱਕਣ ਆ ਉਹ ਚੱਕੇ ਨੀ ਹੋਣੇ, ਬੰਦ ਕਰਨ ਦਾ ਜਾਂ ਉਹਦਾ ਸਿੱਟ ਵੀ ਇਹੋ ਜਿਹਾ ਕਿ ਜਿਹੜੀ ਜਿਹੜੀਆਂ ਖਾਮੇ ਆ ਆਪ ਸੀਵਰੇਜਾਂ ਦੇ ਵਿੱਚ ਉਹ ਸਾਰੀਆਂ ਕੱਢੀਆਂ ਹੋਈਆਂ, ਧੱਕੇ ਨਾਲ ਵੀ ਕੋਈ ਕਮੇ ਨਾ ਬੰਦ ਕਰਨਾ, ਜਿਸ ਤਰ੍ਹਾਂ ਬੋਰੀ ਭਰ ਕੇ ਉਹ ਫਿਰ ਵੀ ਨੀ ਬੰਦ। ਪਰ ਹੁਣ ਤਾਂ ਜਾਗਰੂਕਤਾ ਆ ਚੁੱਕੀ ਹੈ ਕਿ ਸੀਵਰੇਜ ਬੰਦ ਕਰਨ ਵਾਸਤੇ ਨਹੀਂ ਚਲਾਉਣ ਵਾਸਤੇ ਹੁੰਦੇ, ਉਹਦੇ ਨਾਲ ਸਫਾਈ ਰਹਿੰਦੀ ਹੈ, ਦਿਮਾਗ ਠੀਕ ਰਹਿੰਦਾ, ਤੰਦਰੁਸਤੀ ਰਹਿੰਦੀ ਹੈ। ਸੋ ਇਹੋ ਜਿਹੀਆਂ ਜਿਹੜੀਆਂ ਗਲਤ ਫਹਿਮੀਆਂ ਹੁੰਦੀਆਂ, ਅਸੀਂ ਇੰਗਲੈਂਡ ਵਿੱਚ ਗਏ ਤਾਂ ਨੀ ਪਿੰਡ ਸੀਵਰੇਜ ਸੀ, ਉੱਥੇ ਬਾਹਰਲੇ ਇੰਗਲੈਂਡ ਇਕੱਠੇ ਹੋਏ, ਕਹਿੰਦੇ ਬਾਬਾ ਜੀ ਇੱਕ ਗੱਲ ਕਰ ਰਹੀ ਤੁਹਾਡੇ ਨਾਲ, ਕਹਿ ਕੇ ਦੱਸੋ, ਕਹਿੰਦੇ ਬਾਬਾ ਜੀ ਜਦੋਂ ਤੁਸੀਂ ਸੱਪੜ ਸਾਫ਼ ਕਰ ਦਿੱਤਾ ਤੇ ਜਿਹੜੇ ਸੱਪ ਆ ਉਹ ਲੋਕ ਕਹਿੰਦੇ ਘਰਾਂ ਜਾ ਮੰਗੇ ਨਹੀਂ, ਕਹਿੰਦੇ ਉਹਦਾ ਵੀ ਸਾਡੇ ਕੋਲ ਜਾਦੂ ਹੈਗਾ ਖੇਲਦੇ ਨੇ, ਤੇ ਸੱਪੜ ਤੁਸੀਂ ਸਾਫ਼ ਕਰ ਦਿੱਤੇ ਸੱਪ ਕਿੱਥੇ ਜਾਣਗੇ, ਉਹ ਤਾਂ ਆਣ ਕੇ ਸਾਡੇ ਘਰਾਂ ਚ ਵੜ ਜਾਣਗੇ, ਅਸੀਂ ਕਹਿੰਦੇ ਉਹ ਵੀ ਅਸੀਂ ਗਰੰਟੀ ਦਿੰਦੇ ਵੀ ਤੁਹਾਡੇ ਘਰ ਚ ਕੋਈ ਸੱਪ ਨਹੀਂ ਆਊਗਾ। ਜਦੋਂ ਸੀਵਰੇਜ ਚ ਪੈ ਗਿਆ ਸੱਪ ਨੇ ਕਿੱਥੋਂ ਨਹੀਂ ਜਾਣਾ, ਨਾਲੀ ਵਿੱਚ ਨਹੀਂ ਚੱਲ ਕੇ, ਤੇ ਕਈ ਵਾਰ ਕਿਸੇ ਕੋਲ ਆਪਣੇ ਕੋਲ ਪਤਾ ਨਹੀਂ ਹੁੰਦਾ, ਕੋਈ ਇਹੋ ਜਿਹੀ ਗੱਲ ਕਰਨੀ ਜਿਹੜਾ ਅਗਲਾ ਕਹੇ ਵੀ ਨਹੀਂ ਬਈ ਇਹ ਕੰਮ ਤਾਂ ਠੀਕ ਨਹੀਂ, ਸੱਪ ਘਰਾਂ ਜਾ ਜਾਣੇ ਫਿਰ ਆਪਾਂ ਨੂੰ ਪਤਾ ਕੀ ਹੋਈ, ਇਹੋ ਜਿਹਾ ਕੋਈ ਸੱਪ ਜਿਹੜਾ ਹੈ ਘਰਾਂ ਵਿੱਚ ਨਹੀਂ ਜਾਂਦਾ, ਸਗੋਂ ਉਹਨਾਂ ਦੇ ਰਹਿਣ ਵਾਸਤੇ ਜਿਹੜੇ ਉਹ ਜਗ੍ਹਾ ਹੀ ਆਪਾਂ ਖਤਮ ਕਰ ਦੇਣੀ ਉਹ ਆਪਣੇ ਆਪ ਹੀ ਆਪਣੀ ਜਗ੍ਹਾ ਬਦਲ ਲੈਂਦੇ, ਸੋ ਉਹਨਾਂ ਦੀ ਆਪਣੀ ਜਗ੍ਹਾ ਹੁੰਦੀ ਹੈ। ਸੋ ਇਸ ਵਾਸਤੇ ਕੋਈ ਵੀ ਟੈਕਨੀਕਲੀ ਜਿਹੜੀ ਹੈਗੀ ਆ ਸੁਝਾਅ ਤੁਹਾਡਾ ਤੁਸੀਂ ਦੱਸਣਾ ਚਾਹੋ, ਹੋਰ ਇਹਨੂੰ ਬਿਹਤਰ ਬਣਾਉਣਾ ਚਾਹੋ, ਉਹ ਤੁਹਾਡੇ ਤੇ ਡਿਪੈਂਡ ਕਰਦਾ, ਕਿਉਂਕਿ ਜਿੰਨਾ ਵੀ ਕਾਰਜ ਹੈ ਅਸੀਂ ਤੁਹਾਡੇ ਸਪੋਰਟਰ ਹਾਂ, ਤੁਸੀਂ ਚਾਹੋਗੇ ਜਿੱਦਾਂ ਦੀਆਂ ਮਰਜ਼ੀ ਸੜਕਾਂ ਬਣਾ ਲਓ, ਜਿੱਦਾਂ ਦੇ ਮਰਜ਼ੀ ਬੂਟੇ ਲਾ ਲਓ, ਪਰ ਇਹ ਹੈ ਤੁਹਾਡੇ ਤੇ ਨਿਰਭਰ ਕਰਨਾ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਹਾਡਾ ਇਹ ਕਾਰਜ ਜਿਹੜਾ ਹੈ ਜਿਸ ਵਾਸਤੇ ਤੁਸੀਂ ਇਕੱਠੇ ਹੋਏ ਆ, ਸਤਿਗੁਰ ਮਿਹਰ ਕਰਦੇ ਨੇ ਇਤਨੇ ਜਿਹੜੇ ਤੇ ਸਾਰਿਆਂ ਨੂੰ ਇੱਥੋਂ ਲਾਭ ਪ੍ਰਾਪਤ ਹੋਵੇ, ਅਸੀਂ ਆਪ ਸਭ ਦਾ ਸਕਦੇ ਚੋਂ ਉਡਾਨ ਉਡਾਨ ਧੰਨਵਾਦ ਕਰਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਸੇਵਾ ਦੇ ਕਾਰਜ ਦੇ ਵਿੱਚ ਅਸੀਂ ਸਾਰੇ ਲੜਕੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ, ਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਪ੍ਰਾਪਤ ਕਰੀਏ, ਸਭ ਦਾ ਅਸੀਂ ਕਰਦੇ ਜੋ ਧੰਨਵਾਦ ਸਾਰੀ ਨਗਰ ਪੰਚਾਇਤ ਦਾ ਵੀ ਤੇ ਸੀਵਰੇਜ ਕਮੇਟੀ ਦਾ ਵੀ ਤੇ ਸਾਰੇ ਹੀ ਨਗਰ ਵਾਸੀਆਂ ਤੇ ਜਿੰਨੇ ਵੀ ਤੁਹਾਨੂੰ ਮੋਹਰੇ ਲੱਗੇ ਆ ਤੇ ਬੜੇ ਹੀ ਦ੍ਰਿੜਤਾ ਦੇ ਨਾਲ ਇਸ ਕਾਰਜ ਨੂੰ ਨੇਪਰੇ ਚੜਾਓ, ਤਾਂ ਕਿ ਜਿਹੜਾ ਹੈ ਹੋਰ ਵੀ ਆਲਾ ਦੁਆਲਾ ਸਾਫ਼ ਹੋ ਸਕਣ। ਬਹੁਤ ਬਹੁਤ ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸੰਤਾਂ ਤੋਂ ਆਸ਼ੀਰਵਾਦ ਲਏ ਹੈ। ਸੰਤ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਬੜੀ ਤਫਸੀਲ ਦੇ ਨਾਲ ਇੱਕ ਵਾਰੀ ਫੇਰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੁਧਰੇਗਾ ਉੱਥੇ ਸਾਡੀ ਸਿਹਤ ਵੀ ਸੁਧਰੇਗੀ, ਸਾਡੇ ਖੇਤ ਵੀ ਸੁਧਰਨਗੇ। ਬਹੁਤ ਹੀ ਵਧੀਆ ਅਤੇ ਸੁੰਦਰ ਕੰਮ ਹੈ ਇਹ ਕੰਮ, ਆਪਣੇ ਪਿੰਡ ਨੂੰ ਕਰਨਾ ਚਾਹੀਦਾ ਹੈ। ਇਹ ਤਾਂ ਅਸੀਂ ਆਸ਼ੀਰਵਾਦ ਮਹਾਂਪੁਰਖ ਆਪ ਜੀ ਕੋਲੋਂ ਲੈ ਲਈ ਸੀ। ਆਪ ਜੀ ਨੂੰ ਅੱਜ ਅਸੀਂ ਜਿਹਨਾਂ ਕਾਰਜਾਂ ਵਾਸਤੇ ਬੁਲਾਇਆ ਹੈ ਉਹ ਕੇਵਲ ਅਤੇ ਕੇਵਲ ਆਪ ਜੀ ਦਾ ਅਸੀਂ ਹੱਥ ਲਾਉਣਾ ਹੈ। ਜਿਹੜੀ ਕਿ ਮੁੱਢਲੀ ਤਿਆਰੀ ਹੈ ਸਾਡੀ, ਸੀਵਰੇਜ 3 ਛੱਪੜਾਂ ਦੇ ਵਿੱਚ ਪੈਣਾ ਹੈ। ਪਹਿਲਾ ਛੱਪੜ ਅਸੀਂ ਉਸ ਦਿਨ ਜੋ ਅਸੀਂ ਆਪਾਂ ਲੈਵਲਿੰਗ ਕਰਵਾਇਆ ਹੈ, ਬਾਬਾ ਜੀ ਦੀ ਟੀਮ ਇੱਥੇ ਆਈ ਸੀਗੀ, ਉਹਨਾਂ ਨੇ ਲੈਵਲਿੰਗ ਕੀਤਾ ਹੈ ਅਤੇ ਉਹ ਸਰੇਕ ਅਗਵਾੜ ਦਾ ਛੱਪੜ ਜਿਹੜਾ ਆਪਣੇ ਅੱਡੇ ਉੱਪਰ ਹੈ ਉਹਦੀ ਸਫਾਈ ਰਬੜੀ ਹੈ ਅਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਪਾਈਪਾਂ ਇੱਥੇ ਆਉਣੀਆਂ ਸ਼ੁਰੂ ਹੋ ਜਾਣੀਆਂ ਹਨ। ਸੋ ਅਸੀਂ ਬੇਨਤੀ ਕਰਾਂਗੇ ਸੰਤ ਜੀ ਨੂੰ ਕਿ ਸਾਡੇ ਸਾਰੇ ਹੀ ਸੰਗਤ ਦੇ ਨਾਲ ਉੱਥੇ ਬੂਟੀ ਕੱਢਣ ਦਾ ਅੱਜ ਉਪਰਾਲਾ ਸਾਡੇ ਨਾਲ ਜ਼ਰੂਰ ਕਰਵਾਉਣ, ਤਾਂ ਕਿ ਸਾਡੀਆਂ ਸੰਗਤਾਂ ਨੂੰ, ਸਾਡੇ ਵੀਰਾਂ ਨੂੰ ਇਹ ਹੌਸਲਾ ਹੋਵੇ ਕਿ ਇਹ ਕੰਮ ਸ਼ੁਰੂ ਹੋ ਗਿਆ ਹੈ ਅਤੇ ਕੋਈ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਸੀਸੇ ਵਾਲ ਵਰਗਾ, ਚੱਕਰ ਵਰਗਾ ਜਾਂ ਆਪਣੇ ਨਾਲ ਹੀ ਪਿੰਡ ਮੇਨੀਆਂ ਦੇ ਵਿੱਚ ਉਹਨਾਂ ਨੇ ਵੀ ਸੀਵਰੇਜ ਦਾ ਕੰਮ ਸ਼ੁਰੂ ਕੀਤਾ, ਉੱਥੇ ਵੀ ਬੜੀ ਜਲਦੀ ਪੈਣਾ ਸ਼ੁਰੂ ਹੋ ਜਾਣਾ ਅਤੇ ਉਹ ਵੀ ਪਿੰਡ ਆਪਣੇ ਨਾਲ ਹੀ ਵਧੀਆ ਪਿੰਡ ਹੋ ਜਾਵੇਗਾ। ਮੈਂ ਧੰਨਵਾਦੀ ਹਾਂ ਸਰਦਾਰ ਪਰਮਿੰਦਰ ਸਿੰਘ ਜੀ ਜਲਦਾ ਘਰ ਦਾ ਮੇਰੇ ਇੱਥੇ ਆਏ ਨੇ। ਇਹ ਸਾਰਾ ਹੀ ਉਪਰਾਲਾ ਇਹ ਲਾਈਟ ਪਰਮਿੰਦਰ ਸਿੰਘ ਜੀ ਗਿੱਲ ਨੇ ਸਾਨੂੰ ਲਿਜਾ ਕੇ ਚੱਕਰ ਤੋਂ ਦਿੱਤੀ ਅਤੇ ਉਹ ਹੀ ਸਾਡੇ ਪ੍ਰੇਰਨਾ ਸਰੋਤ ਬਣੇ ਅਤੇ ਉਸ ਤੋਂ ਉਪਰੰਤ ਅਸੀਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲਿਆਂ ਦੇ ਜਾ ਕੇ ਅੱਜ ਕੀਤੀ। ਇਹਨਾਂ ਨੇ ਸਾਡੀ ਜਿਹੜੀ ਬਾਂਹ ਫੜੀ ਹੈ ਬਹੁਤ ਚੰਗਾ ਕੀਤਾ ਹੈ। ਆਪ ਜੀ ਦੀ ਆਪਾਂ ਸੰਗਤ ਸੰਗਤਾਂ ਦੇ ਨਾਲ ਉੱਥੇ ਚੱਲੀਏ। ਕੇਵਲ ਸਿੰਘ ਜੀ ਸੰਘਾ ਸਾਡੇ ਕੋਲ ਬੈਠੇ ਨੇ, ਇਹ ਵਿਦੇਸ਼ ਤੋਂ ਵੀ ਸਾਡੇ ਜਾ ਕੇ ਆਏ ਨੇ, ਉਹਨਾਂ ਦਾ ਵੀ ਸੁਨੇਹਾ ਲੈ ਕੇ ਆਏ ਨੇ ਅਤੇ ਮੈਂ ਬੇਨਤੀ ਕਰਾਂਗਾ ਕਿ ਸਾਰੀ ਸੰਗਤ ਦਾ, ਸੰਤਾਂ ਦਾ, ਮਹਾਂਪੁਰਸ਼ਾਂ ਦਾ, ਇੱਥੋਂ ਦੀ ਪੰਚਾਇਤ ਦਾ ਉਹ ਧੰਨਵਾਦ ਕਰਨ। ਇਸ ਉਪਰੰਤ ਆਪਾਂ ਸਾਰੀ ਹੀ ਸੰਗਤ ਉਸ ਛੱਪੜ ਦੇ ਉੱਤੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਚੱਲਾਂਗੇ। ਅੱਜ ਦਾ ਇਹਨਾਂ ਦੀ ਕਿਹਾ ਸੁਣਿਆ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਨੂੰ ਹਜ਼ੂਰੀ 'ਚ ਬੈਠੇ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਗੇ ਜਦੋਂ ਮੈਂ ਕੈਨੇਡਾ ਤੋਂ ਆਇਆ ਸੀ, ਮੇਰਾ ਖਿਆਲ ਸੀਵਰੇਜ ਕਮੇਟੀ ਸਾਰੇ ਇਕੱਠੇ ਹੋਏ ਸੀਗੇ, ਸੋ ਮੈਂ ਦੱਸਿਆ ਵੀ ਸੀ ਸਾਰਿਆਂ ਨੂੰ ਕਿ ਉੱਥੇ ਟੋਰਾਂਟੋ ਵੀ ਅਸੀਂ ਇਕੱਠੇ ਹੋਏ ਸੀ, ਵੈਂਕੂਵਰ ਦਾ ਚਾਚਾ ਜੀ ਉਹਨਾਂ ਨਾਲ ਹੀ ਗੱਲ ਹੋ ਗਈ ਸੀ, ਮਹਿੰਦਰ ਉਹਨਾਂ ਨਾਲ, ਅਤੇ ਕੈਲਗਰੀ ਵੀ ਸਾਰੇ ਇਕੱਠੇ ਹੋਏ ਸੀ ਕਿਉਂਕਿ ਸਭ ਤੋਂ ਜ਼ਿਆਦਾ ਪਰਿਵਾਰ ਆਪਣੇ ਕੈਲਗਰੀ ਅਤੇ ਵੈਂਕੂਵਰ ਆ, ਟੋਰਾਂਟੋ ਥੋੜ੍ਹੇ ਆ। ਸੋ ਉਹਨਾਂ ਨੂੰ ਤਾਂ ਕੋਈ ਦੇਰੀ ਨਹੀਂ ਗਈ, ਉਹ ਤਾਂ ਇਹ ਕਹਿੰਦੇ ਵੀ ਤੁਸੀਂ ਪੈਸੇ ਲਓ ਸਾਡੇ ਤੋਂ, ਉਹ ਚਾਹੇ ਪਰ ਇੱਕ ਚੀਜ਼ ਉਹਨਾਂ ਨੇ ਜ਼ਰੂਰ ਇੱਕ ਦੋ ਗੱਲਾਂ ਕਹੀਆਂ ਸੀ, ਉਹ ਮੈਂ ਚਾਚਾ ਜੀ ਉਹਨਾਂ ਨਾਲ ਸ਼ੇਅਰ ਕਰਤੀਆਂ ਸੀਗੀਆਂ ਵੀ ਹਰੇਕ ਨੂੰ ਡਾਊਟ ਹੁੰਦਾ ਹੈਗਾ ਵੀ ਸਾਰੇ ਜੋ ਵੀ ਕੰਮ ਕਰਨਾ ਰਲ ਕੇ ਕਰੋ। ਇੱਕ ਨਾ ਜ਼ਰੂਰ ਮੈਂ ਗੱਲ ਕਰਦੀ ਵੀ ਉਹ ਜਦੋਂ ਪਿਛਲੀ ਵਾਰ ਬਾਬਾ ਜੀ ਆਏ ਸੀ ਇਕੱਠੇ ਹੋਏ ਸੀਗੇ, ਉਦੋਂ ਚਾਚਾ ਜੀ ਨੂੰ ਨਹੀਂ ਅਤੇ ਬਾਪੂ ਜੀ ਨੂੰ ਵੀ ਬੋਲੇ ਸੀ ਅਤੇ ਵਿੱਚੋਂ ਬੰਦੇ ਨਾ ਇਤਰਾਜ ਕਰਨ ਲੱਗ ਜਾਂਦੇ, ਇਹ ਆਪ ਹੀ ਮੂਹਰੇ ਬੋਲੀ ਜਾਂਦੇ ਆ, ਜੇ ਕੋਈ ਇਤਰਾਜ ਕਰਦਾ ਅਸੀਂ ਨਹੀਂ ਬੋਲਦੇ ਤੁਸੀਂ ਬੋਲੋ, ਕਿਉਂਕਿ ਕਿਸੇ ਨੇ ਤਾਂ ਉੱਠ ਕੇ ਬੋਲਣਾ ਹੀ ਹੈ ਨਾ, ਕਿਸੇ ਨੇ ਤਾਂ ਘਰੋਂ ਨਿਕਲ ਕੇ ਕੰਮ ਕਰਨ ਜਾਣਾ ਹੀ ਆ। ਜੇ ਕਿਸੇ ਨੂੰ ਇਤਰਾਜ ਆ ਵੀ ਇਹ ਕੋਈ ਕਿਉਂ ਜਾਂਦਾ ਤੇ ਸਾਰੇ ਇਕੱਠੇ ਹੋ ਕੇ ਕਹੋ, ਆਪਾਂ ਨੂੰ ਕਹੋਗੇ ਨਾ ਜਾ ਭਾਈ ਤੂੰ ਜਾ ਉਹਨਾਂ, ਪਰ ਇੱਕ ਦੂਜੇ ਤੇ ਇਤਰਾਜ ਕਰਨ ਦੀ ਆਪਾਂ ਨੂੰ ਲੋੜ ਨਹੀਂ ਵੀ ਇਹ ਉਹਦਾ ਨਾਂ ਲਈ ਜਾਂਦਾ ਉਹਦਾ ਲਈ ਜਾਂਦਾ, ਕਿਸੇ ਨੇ ਤਾਂ ਮੂਹਰੇ ਲੱਗ ਕੇ ਕੰਮ ਕਰਨਾ ਹੀ ਹੈ ਨਾ। ਜੇ ਤੁਹਾਨੂੰ ਕਿਸੇ ਦੇ ਇਤਰਾਜ ਆ, ਤੁਸੀਂ ਸਾਰੇ ਦੱਸਿਆ ਕਿਉਂ ਨਹੀਂ ਆ, ਸਾਨੂੰ ਆਹ ਬੰਦਾ ਨਹੀਂ ਸਹੀ, ਆਪਾਂ ਨੂੰ ਕਹਾਂਗੇ ਭਾਈ ਜੇ ਗੱਲ ਤੂੰ ਨਾ ਜਾ, ਜਿਹੜਾ ਇਤਰਾਜ ਕਰਦਾ ਤੂੰ ਮੂਹਰੇ ਲੱਗ, ਕਿਉਂਕਿ ਗੱਲ ਕਰਨੀ ਸੌਖੀ ਮੂਹਰੇ ਲੱਗਣਾ ਬਹੁਤ ਔਖਾ ਜੀ। ਕੋਈ ਕੰਮ ਨਹੀਂ ਕਰਦਾ, ਮੈਂ ਵੀ ਚਾਹੇ ਗੱਲਾਂ ਕਰਦਾ ਪਰ ਮੈਂ ਕਦੇ ਇਹਨਾਂ ਨਾਲ ਨਹੀਂ ਗਿਆ। ਬਾਬਾ ਜੀ ਕੋਲ ਇੱਕ ਵਾਰ ਗਿਆ, ਪਹਿਲੀ ਵਾਰ ਦੋ ਵਾਰ ਗਿਆ, ਮੈਂ ਇਹਨਾਂ ਨੂੰ ਕਿਹਾ ਵੀ ਕੋਈ ਤੁਹਾਨੂੰ ਟੈਕਨੀਕਲੀ ਲੋੜ ਆ, ਕਿਸੇ ਨੂੰ ਕਹਿਣਾ ਪੈਸੇ ਆ ਤੇ ਕਹਿਣਾ ਮੈਂ ਤੁਹਾਡੇ ਨਾਲ ਆ,
ਪਰ ਜਿਹੜਾ ਨਿਤ ਫੀਲਡ ਦਾ ਕੰਮ ਆ ਉਹ ਇਹੀ ਕਰਦੇ ਪਏ ਨੇ ਸਾਰੇ ਰਲ ਕੇ। ਸੋ ਕਿਸੇ ਤੇ ਕਿੰਤੂ ਪਰੰਤੂ ਬਗੈਰ ਗੱਲੋਂ ਟੀਆ ਟਿੱਪਣੀ ਬੰਦ ਕਰੀਏ ਤੇ ਕੰਮ ਵਾਲੇ ਪਾਸੇ ਹੋ ਸਾਰੇ। ਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਬਾਬਾ ਜੀ ਉਹਨਾਂ ਦਾ ਜਿਹੜੇ ਆਪਣੇ ਕੀਮਤੀ ਉਦੇਹਾਂ ਚੋਂ ਟਾਈਮ ਕੱਢ ਕੇ ਆਏ ਨੇ ਤੇ ਸਾਰੀ ਸੰਗਤ ਦਾ ਵੀ ਰਲ ਕੇ ਬਗੈਰ ਵੀ ਉਹਦੇ ਨਾਲ ਉਹਦਾ ਇਲੈਕਸ਼ਨ ਵੀ ਲਿਬੜ ਗਿਆ ਮੇਰਾ ਕੱਲ੍ਹ 5 ਸਾਲ ਸਰਪੰਚ ਜੀ ਦਾ ਇਲੈਕਸ਼ਨ ਵੀ ਨਹੀਂ ਹੋਣਾ ਕੋਈ ਤੇ ਇੱਕ ਸਾਲ ਦੇ ਵਿੱਚ ਆਪਣਾ ਸੀਵਰੇਜ ਵੀ ਪੈ ਪੂਜੇ ਕਰਾਂਗੇ ਨਾ ਮੈਂ ਬਲਾਕ ਸ਼ਾਂਤੀ ਆਉਣੀ ਆ ਨਾ ਮੈਂ ਕੁਛ ਹੋਰ ਆਉਣਾ ਠੀਕ ਹੈ ਨਾ। ਸੋ ਜੇ ਕੋਈ ਪਾਰਲੀਮੈਂਟ ਜਾਂ ਕੁਛ ਉਹਨੂੰ ਵੀ ਸਾਲ ਪਿਆ ਜੇ ਸੋ ਇਸ ਕਰਕੇ ਉਹ ਇਲੈਕਸ਼ਨ ਦਾ ਮਸਲਾ ਵੀ ਖਤਮ ਹੋ ਗਿਆ ਵੀ ਤੂੰ ਕਿਹਦੇ ਨਾਲ ਆ ਤੇ ਤੂੰ ਕਿਹਦੇ ਨਾਲ ਆ। ਸੋ ਆਪਾਂ ਰਲ ਕੇ ਇਕੱਠੇ ਹੋ ਕੇ ਇਹ ਕਿਸੇ ਇੱਕ ਦਾ ਕੰਮ ਨਹੀਂ ਆਪਣਾ ਕੰਮ ਆ ਸਾਰਿਆਂ ਦਾ ਤੇ ਮੇਰੀ ਬੇਨਤੀ ਆ ਵੀ ਸਾਰੇ ਰਲ ਕੇ ਆਪਾਂ ਇਕੱਠੇ ਹੋ ਕੇ ਜਿਹੜੇ ਬੰਦੇ ਲੱਗੇ ਆ ਪੂਰੇ ਚਾਹੇ 5 ਲੱਗੇ 10 ਲੱਗੇ 15 ਆਪਾਂ ਉਹਨਾਂ ਦੀ ਹੈਲਪ ਵੀ ਕਰੀਏ ਬਕਾਇਦਾ ਕਿ ਉਹਨਾਂ ਦੀਆਂ ਲੱਤਾਂ ਖਿੱਚਣ ਤੋਂ ਉਹਨਾਂ ਦੇ ਟੀਆ ਟਿੱਪਣੀ ਕਰਨ ਤੋਂ। ਸੋ ਮੇਰੀ ਸਾਨੂੰ ਇਹ ਹੱਥ ਜੋੜ ਕੇ ਬੇਨਤੀ ਆ ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਫਿਰ ਸਭ ਤੋਂ ਜ਼ਿਆਦਾ ਮੇਰੀਆਂ ਬੀਬੀਆਂ ਦਾ ਧੰਨਵਾਦ ਕਿਉਂਕਿ ਜੇ ਕੰਮ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਸਭ ਤੋਂ ਵੱਧ ਡਿਊਟੀ ਇਹਨਾਂ ਦੀ ਆ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦਾ ਜੋ ਦੱਸਿਆ ਕਿ ਬਾਹਰ ਵਿਦੇਸ਼ਾਂ ਵਿੱਚ ਜਿਹੜੇ ਵੀਰ ਬੈਠੇ ਆ ਉਹ ਪੈਸੇ ਵੱਲੋਂ ਉਹਨਾਂ ਤੋਂ ਕੋਈ ਕੰਪਲੇਂਟ ਨਹੀਂ ਪਰ ਜਿਸ ਤਰ੍ਹਾਂ ਉਹ ਗੱਲ ਕਰਕੇ ਗਏ ਆ ਤੇ ਕਿਸੇ ਨੂੰ ਕੋਈ ਇਤਰਾਜ਼ ਜਾਂ ਪਿੱਛੇ ਗੱਲ ਕਰਨੀ ਤੋ ਇਸ ਕਾਰਜ ਪ੍ਰਤੀ ਟਿਕਣੀ ਗਲੀ ਜੇ ਕਿਸੇ ਨੂੰ ਉਹ ਨਕਸ਼ਾ ਵੀ ਬਣ ਗਿਆ ਉਹਦੇ ਵਿੱਚ ਕਿਸੇ ਨੂੰ ਪ੍ਰੋਬਲਮ ਜਾਂ ਕੋਈ ਟੈਕਨੀਕਲੀ ਹੋਵੇ ਕਾਰਜ ਜਿਹੜਾ ਵੀ ਹੈ ਕਈ ਵਾਰ ਹੁੰਦਾ ਪਿੰਡਾਂ ਦੇ ਵਿੱਚ ਬਹੁਤ ਕੁਛ ਪਾਰਟੀਬਾਜ਼ੀ ਵੀ ਹੁੰਦੀ ਆ ਬਹੁਤ ਕੁਛ ਹੁੰਦਾ ਪਰ ਜਿਹੜਾ ਸਾਡਾ ਵਿੱਚ ਤੁਹਾਡੇ ਆਉਣਾ ਅਸੀਂ ਇੱਥੇ ਨਿਊਟਰਲ ਹੋ ਗਏ ਕਿ ਟੈਕਨੀਕਲੀ ਉੱਥੇ ਕੋਈ ਪ੍ਰੋਬਲਮ ਹੋਵੇ ਤੁਸੀਂ ਸੁਧੀ ਦੱਸ ਸਕਦੇ ਇੱਥੇ ਬੰਦੇ ਜਿਹੜੇ ਸਿਰ ਜਦੋਂ ਕੰਮ ਚੱਲੂਗਾ ਸੇਵਾਦਾਰ ਹੋਣਗੇ ਇਹ ਨਹੀਂ ਹਰ ਇੱਕ ਦੇ ਨਾਲ ਜਿਹੜਾ ਸਿਸਟਮ ਉਹ ਸਾਰਿਆਂ ਦੀ ਇੱਕੋ ਜਿਹਾ ਹੋਊਗਾ ਉਹਨਾਂ ਵਾਸਤੇ ਕੋਈ ਇਹਦਾ ਘਰ ਕੋਈ ਫਰਕ ਨਹੀਂ। ਇਸ ਵਾਸਤੇ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਸਹਿਯੋਗ ਦਿਓ ਸਾਡਾ ਤੁਹਾਡੇ ਵਿੱਚ ਆਉਣ ਦਾ ਖੜ੍ਹ ਦਾ ਮਕਸਦ ਇਹ ਹੈ ਕਿ ਇੱਕ ਚੰਗੇ ਕਾਰਜ ਵਾਸਤੇ ਜਿਹੜਾ ਹੈ ਅਸੀਂ ਤੁਹਾਡੇ ਵਿੱਚ ਆਏ ਹਾਂ ਤੁਸੀਂ ਉਹ ਚੀਜ਼ ਨੂੰ ਮੁੱਖ ਰੱਖ ਕੇ ਕਿ ਅਸੀਂ ਚੰਗੇ ਕਾਰਜ ਨੂੰ ਅਸੀਂ ਕਰਨਾ ਸੀ ਤੁਹਾਡੇ ਬਾਕੀ ਜਿਹੜੀਆਂ ਗੱਲਾਂ ਘਰ ਲੈਵਲ ਦੀ ਹੁੰਦੀਆਂ ਪਿੰਡ ਲੈਵਲ ਦੀ ਹੁੰਦੀਆਂ ਕਿਉਂਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਸਾਡਾ ਇਹ ਸਿਸਟਮ ਬੜਾ ਇਹੋ ਜਿਹਾ ਹੋ ਗਿਆ ਕਿ ਅਸੀਂ ਰੋਜ਼ ਦੇਖਦੇ ਹਾਂ ਅਸੈਂਬਲੀ ਤੀਕਰ ਲੋਕ ਸਭਾ ਤੀਕਰ ਰਾਜ ਸਭਾ ਤੀਕਰ ਰੋਜ਼ ਟੈਲੀਵਿਜ਼ਨ ਤੇ ਅਸੀਂ ਉਹ ਮੀਟਿੰਗਾਂ ਦੇਖਦੇ ਹਾਂ ਉਹੀ ਲੀਡਰ ਸਾਹਿਬਾਨ ਆ ਇਕੱਠਿਆਂ ਉਹਨਾਂ ਦੀਆਂ ਚਾਹ ਪਾਰਟੀਆਂ ਹੁੰਦੀਆਂ ਇਕੱਠੇ ਬਹਿੰਦੇ ਆ ਇਕੱਠੇ ਉਹ ਖੇਡਦੇ ਆ ਆਪਣੀ ਗੱਲ ਕਹਿਣੀ ਹੁੰਦੀ ਆ ਪਰ ਜਿਹੜੀ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਹੈ ਇਹ ਅਸੀਂ ਇੱਕ ਜੱਦੀ ਕੁਸ਼ਤੀ ਇੱਕ ਵੈਰ ਬੰਨ ਕੇ ਬਹਿ ਜਾਂਦੇ ਹਾਂ ਸਾਡਾ ਜੇ ਕੋਈ ਮਾੜਾ ਗਲਤ ਕੰਮ ਹੋ ਰਿਹਾ ਉਹਦੀ ਆਲੋਚਨਾ ਕਰਨਾ ਤੁਹਾਡਾ ਹੱਕ ਆ ਇਸ ਕਾਰਜ ਦੇ ਵਿੱਚ ਵੀ ਜੋ ਜੇ ਕੁਛ ਚੀਜ਼ ਦਾ ਪਰ ਬਿਨਾਂ ਲੱਤਾਂ ਪੈਰਾਂ ਤੋਂ ਬਿਨਾਂ ਮਤਲਬ ਤੋਂ ਕਿਸੇ ਨੂੰ ਕਹਿੰਦੇ ਨੇ ਸਾਰੇ ਅੱਗੇ ਆਓ ਜਦੋਂ ਚਾਹੁੰਦੇ ਹਰ ਘਰ ਪ੍ਰਤੀ ਇੱਕ ਬੰਦਾ ਆਓ ਸਾਹਮਣੇ ਹੋਏ ਦੇ ਵਿੱਚ ਜਿੰਨਾ ਤੁਸੀਂ ਆਓਗੇ ਉਹਨਾਂ ਤੁਹਾਡਾ ਕਾਰਜ ਸੌਖਾ ਹੋਊਗਾ ਸਸਤਾ ਹੋਊਗਾ ਤੇ ਵਧੀਆ ਹੋਊਗਾ। ਸੌਖਾ ਸਸਤਾ ਤੇ ਵਧੀਆ ਤਿੰਨੇ ਚੀਜ਼ਾਂ ਉਹਦੇ ਵਿੱਚ ਆਉਣਗੀਆਂ ਤੇ ਜਿੰਨਾ ਚਿਰ ਤੁਸੀਂ ਆਪ ਬਾਹਰ ਲੈ ਕੇ ਕਰਾਉਂਗੇ ਉਹਨਾਂ ਉਨੀਆਂ ਉਹ ਔਖਾ ਵੀ ਹੋਊਗਾ ਉਹ ਮਹਿੰਗਾ ਵੀ ਹੋਊਗਾ ਉਹਨਾਂ ਵਧੀਆ ਵੀ ਨਹੀਂ ਹੋਊਗਾ। ਸੋ ਇਸ ਵਾਸਤੇ ਇਹਦੇ ਵਿੱਚ ਨਿਧੀ ਪੈਸਿਆਂ ਨੂੰ ਮੁੱਖ ਨਹੀਂ ਉਹਦੇ ਨਾਲ ਤੁਸੀਂ ਜਿਹੜੇ ਟੁੱਟੇ ਹੋਏ ਜੁੜੋ ਜਦੋਂ ਇਕੱਠੇ ਹੋਵੋਗੇ ਪੈਪ ਜੋੜੋਗੇ ਪਾਣੀ ਦੇ ਉਹਨਾਂ ਤੇ ਮਿੱਟੀ ਪਾਓਗੇ ਤੁਹਾਡੇ ਉਹ ਜਿਹੜੇ ਰਿਸ਼ਤੇ ਟੁੱਟੇ ਹੋਏ ਆ ਉਹ ਵੀ ਜੁੜਨਗੇ। ਤੁਸੀਂ ਇੱਕ ਦੂਜੇ ਨੂੰ ਪਾਣੀ ਪੁੱਛੋਗੇ ਤੁਸੀਂ ਇੱਕ ਦੂਜੇ ਨੂੰ ਘਰ ਤੋਂ ਬੁਲਾ ਕੇ ਲਿਆਓਗੇ ਆਓਗੇ ਆਪਣਾ ਤੇਰਾ ਵੀ ਫਰਜ਼ ਬਣਦਾ। ਜਦੋਂ ਇਸ ਤਰੀਕੇ ਨਾਲ ਉਹ ਪਿੰਡ ਸਿੱਧ ਨਹੀਂ ਇਕੱਠਾ ਹੋਇਆ ਜਿਹੜੇ ਬਜ਼ੁਰਗ ਸਦੀਆਂ ਤੋਂ ਵੀ ਇੱਕ ਦੂਸਰੇ ਤੋਂ ਬੋਲਦੇ ਸੀ ਕਿ ਚੱਲਦੇ ਸੀ ਉਹ ਨੌਜਵਾਨ ਜਦੋਂ ਇਕੱਠੇ ਕੰਮ ਕਰਦੇ ਇੱਕ ਦੂਸਰੇ ਨੂੰ ਬੁਲਾਉਣਾ ਵੀ ਪੈਂਦਾ ਕਹਿਣਾ ਵੀ ਪੈਂਦਾ ਉਹਨਾਂ ਦੇ ਸਾਰੇ ਜਿਹੜੇ ਭੁੱਲ ਗਏ ਉਹਨਾਂ ਨੇ ਕੋਰਟਾਂ ਦੇ ਕੇਸ ਵਾਪਸ ਲੈ ਲਏ।
ਕਿਉਂਕਿ ਪਹਿਲੀ ਗੱਲ ਤਾਂ ਹੁੰਦੀ ਹੈ ਵੀ ਜਿਹਦੇ ਨਾਲ ਉਹਦੇ ਕੋਲ ਅਸੀਂ ਆਪਣੇ ਨਿਆਣਿਆਂ ਨੂੰ ਖੜ ਨਹੀਂ ਦਿੰਦੇ, ਤੂੰ ਖੜੀ ਉਹਦੇ ਨਾਲ ਦੇਖਾਂਗੇ ਤੈਨੂੰ। ਹੁੰਦਾ ਕੁਛ ਵੀ ਨਹੀਂ, ਕਿਸੇ ਦੇ ਮਨ ਚ ਕੁਛ ਨਹੀਂ ਹੁੰਦਾ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਸਾਰੇ ਸ਼ਾਂਤੀ ਚਾਹੁੰਦੇ ਆ, ਸਾਰੇ ਸਕੂਨ ਚਾਹੁੰਦੇ ਆ, ਤੇ ਜਦੋਂ ਅਸੀਂ ਮਿਲ ਕੇ ਕੰਮ ਕਰਾਂਗੇ, ਸੇਵਾ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਟੁੱਟਿਆਂ ਨੂੰ ਜੋੜਦੀ ਆ, ਜਿਹੜੇ ਟੁੱਟੇ ਹੋਏ ਆ ਉਹਨਾਂ ਨੂੰ ਜੋੜਦੀ ਹੈ, ਲਿੰਕ ਹੁੰਦੇ। ਜਦੋਂ ਅਸੀਂ ਰਲ ਕੇ ਸੇਵਾ 'ਚ ਕੋਈ ਵੀ ਗੁਰਦੁਆਰਾ ਬਣਾਉਂਦੇ ਹਾਂ, ਸਾਡੀਆਂ ਦੂਰੀਆਂ ਘਟਣਗੀਆਂ, ਕਿਉਂਕਿ ਅਸੀਂ ਗੁਰੂ ਘਰ ਜਾ ਕੇ ਇੱਕ ਦੂਜੇ ਨੂੰ ਬੁਲਾਵਾਂਗੇ, ਚਾਹ ਪਾਣੀ ਪੁੱਛਾਂਗੇ। ਤੇ ਜਦੋਂ ਅਸੀਂ ਬੁਲਾਉਂਦੇ ਹਾਂ ਤਾਂ ਅਗਲਾ ਕਹਿੰਦਾ ਸਾਡਾ ਦਰਵਾਜ਼ੇ ਕੋਈ ਨਹੀਂ ਰਹਿ ਗਿਆ। ਸੋ ਇਹ ਕਾਰਜ ਅਸੀਂ ਕਹਿੰਦੇ ਸੇਵਾ ਭਾਵ 'ਚ ਕਰੋਂਗੇ ਬਹੁਤ ਵਧੀਆ ਹੋਊਗਾ। ਤੇ ਇਹੋ ਜਿਹਾ ਇਤਿਹਾਸਕ ਸ਼ਹਿਰ ਪਿੰਡ ਆ, ਇਹਦੇ ਵਾਸਤੇ ਹੋਰ ਵੀ ਜ਼ਰੂਰੀ ਹੈ। ਇਸ ਵਾਸਤੇ ਅਸੀਂ ਬੇਨਤੀ ਕਰਾਂਗੇ ਕਿ ਇਹੋ ਜਿਹੀ ਦੁਰਘਟਨਾ ਵਾਲੀ ਗੱਲ ਜਿਹੜੀ ਹੈਗੀ ਆ ਉਹਦੀ ਲੋੜ ਹੁੰਦੀ ਹੈ ਸਾਹਿਤ ਦੀ। ਜੇ ਸਵਾਰ ਸ਼ੁਰੂ ਹੋਇਆ ਚਾਰ ਪਿੱਛੇ ਹੌਸਲਾ ਦੇਣ ਵਾਲਿਆਂ ਨੂੰ ਵੀ ਚੱਲੋ ਅਸੀਂ ਤੁਹਾਡੇ ਨਾਲ, ਤੇ ਮੰਜ਼ਿਲ ਜਿਹੜੀ ਪਹੁੰਚੇ ਹੋਏ ਹੁੰਦੇ ਆ, ਤੇ ਜੇ ਚਾਰ ਚੱਲਣ ਵਾਲੇ ਦਸ ਲੱਤਾਂ ਕਿਤੇ ਨਾਲੇ ਫਿਰ ਅਸੀਂ ਕਿੰਨਾ ਚਿਰ ਦੌੜ ਸਕਦੇ ਹਾਂ। ਸੋ ਇਸ ਵਾਸਤੇ ਇਹਨਾਂ ਚੀਜ਼ਾਂ ਤੋਂ ਪੋਜੀਟਿਵ ਜਿਹੜਾ ਨੂੰ ਕਿੰਨੀਆਂ ਉਦਾਹਰਣਾਂ ਦਿੰਦੀਆਂ ਕਿ ਇਹੋ ਜਿਹੇ ਲੋਕ ਹੁੰਦੇ ਆ ਸਮਾਜ ਵਿੱਚ। ਆਪਾਂ ਉਹਨਾਂ ਦੀ ਨਹੀਂ ਸੁਣਨੀ, ਆਪਾਂ ਪਿੰਡ ਦੀ ਬਿਹਤਰੀ ਸੋਚਣੀ ਆ, ਆਪਣੇ ਬੱਚਿਆਂ ਦੀ ਬਿਹਤਰੀ ਸੋਚਣੀ ਆ, ਜਿਹਦੇ ਵਿੱਚ ਸਾਡੀ ਬਿਹਤਰੀ ਆ ਉਹਦੇ ਵਾਸਤੇ ਅਸੀਂ ਚੱਲਣਾ। ਤੇ ਸਾਰੇ ਰਲ ਕੇ ਚਲੋ, ਕੋਈ ਜਿੰਨਾ ਵੱਧ ਕਰੋਗੇ ਉਹਨਾਂ ਤੁਹਾਨੂੰ ਗੁਰੂ ਘਰ ਤੋਂ ਲਾਹਾ ਅਸੀਂ ਦਾਵਾ ਕਿੰਨੇ ਕੁ ਤੁਹਾਨੂੰ ਮਿਲੂਗਾ। ਜੇ ਮਨ ਕਰਕੇ ਤੁਸੀਂ ਇਸ ਪਵਿੱਤਰ ਕਾਰਜ ਵਾਸਤੇ ਤੁਸੀਂ ਇਕੱਠੇ ਹੋਏ ਆ, ਬਾਬਾ ਗੁਰਦਿੱਤਾ ਜੋ ਵਰ ਮੰਗਿਆ ਸੋਈ ਦਿੱਤਾ, ਇਹ ਬੜਾ ਦਾ ਮੈਂ ਬੜਾ ਸਥਾਨ ਆ, ਜਿੱਥੋਂ ਤੁਹਾਨੂੰ ਜ਼ਰੂਰ ਬਖਸ਼ਿਸ਼ ਆ, ਸਾਰਿਆਂ ਨੂੰ ਜਗ੍ਹਾ ਵੀ ਤੁਸੀਂ ਭੇਜੋਗੇ ਜ਼ਰੂਰ ਫਲ ਮਿਲੂਗਾ। ਤੇ ਮਾੜੀ ਭਾਵਨਾ ਕਹਿੰਦੇ ਤੇ ਮਾੜਾ ਚੰਗਾ ਕੰਮ ਹੁੰਦਾ ਹੋਵੇ ਤੇ ਅਸੀਂ ਉਹਦੇ ਵਿੱਚ ਹਿੱਸਾ ਨਹੀਂ ਪਾਉਣ ਜੋਗੇ, ਅਸੀਂ ਕਰਨ ਜੋਗੇ ਵੀ ਨਹੀਂ, ਤੇ ਉਹਨੂੰ ਜਿਹੜਾ ਹੈ ਉਹਨੂੰ ਰੋਕਣ ਵਿੱਚ ਵੀ ਜਿਹੜਾ ਹੈ ਅੱਗੇ ਨਾ ਹੋ, ਤਾਂ ਵੀ ਸਾਡਾ ਭਲਾ ਹੀ ਹੈ। ਤੇ ਇਸ ਵਾਸਤੇ ਗੁਰੂ ਦਾ ਕਾਰਜਾ ਪਾਤਸ਼ਾਹ ਨੇ ਕਿਰਪਾ ਕਰਨੀ ਹੈ, ਇਹ ਕੰਮ ਕਾਰਜ ਸਿਰੇ ਚੜ ਜਾਣਾ, ਉਹਨੇ ਬਖਸ਼ਿਸ਼ਾਂ ਕੀਤੀਆਂ ਪਾਤਸ਼ਾਹ ਨੇ, ਤੇ ਲਾਹਾ ਜਿੰਨਾ ਲੈ ਹੁੰਦਾ ਉਹ ਲੈ ਲਓ। ਚੰਗੇ ਕੰਮ ਰੋਕਿਆ ਨਹੀਂ ਰੁਕਦੇ ਹੁੰਦੇ, ਚੰਗੇ ਕੰਮ ਜਦੋਂ ਚੱਲ ਪੈਂਦੇ ਆ ਗੁਰੂ ਪਾਤਸ਼ਾਹ ਕਿਰਪਾ ਕਰਦਾ, ਕਿਉਂਕਿ ਗੁਰੂ ਦੀ ਮਿਹਰ ਦੇ ਨਾਲ ਹੀ ਇਹੋ ਜਿਹੇ ਫਰਨੇ ਉੱਠਦੇ ਆ। ਗੁਰੂ ਦੀ ਮਿਹਰ ਹੁੰਦੀ ਹੈ ਤਾਂ ਕਦੇ ਚੰਗਾ ਰਾਹ ਮਿਲਦਾ, ਚੰਗੇ ਅਸੀਂ ਚੰਗੇ ਪਾਸੇ ਨੂੰ ਸੋਚਦੇ ਹਾਂ, ਤੁਹਾਡੇ ਨਗਰ ਦੇ ਉੱਤੇ ਗੁਰੂ ਪਾਤਸ਼ਾਹ ਦੀ ਪਹਿਲਾਂ ਹੀ ਕਿਰਪਾ, ਉਹਨਾਂ ਨੇ ਚੰਨ ਪਾਏ, ਹੁਣ ਵੀ ਇਹ ਕਿਰਪਾ ਹੀ ਆ ਉਹਨਾਂ ਦੀ ਬਖਸ਼ਿਸ਼ ਆ। ਸੋ ਇਸ ਵਾਸਤੇ ਇਸ ਨਵੇਂ ਯੁੱਗ ਦੇ ਵਿੱਚ, ਨਵੀਂ ਸ਼ੁਰੂਆਤ ਦੇ ਵਿੱਚ, ਨਵੀਂ ਕਾਰਜ ਦੇ ਵਿੱਚ, ਨਵੀਂ ਸੋਚ ਦੇ ਵਿੱਚ, ਸਾਫ਼ ਸੁਥਰੇ ਵਾਤਾਵਰਣ ਵਾਸਤੇ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਰਤਦਾ। ਹੋਰ ਬੇਨਤੀ ਆ ਸੀਵਰੇਜ ਕਮੇਟੀ ਨੂੰ ਵੀ ਕਈ ਆਪਣੇ ਬੰਦੇ ਸਾਂਝੇ ਆ ਕੰਮ ਕਰਨਾ ਮੰਗਦੇ ਆ, ਉਹ ਸੀਵਰੇਜ ਕਮੇਟੀ ਚ ਹੈ ਨਹੀਂ ਗੇ, ਹੈਨਾ। ਤੁਹਾਡੀ ਸੀਵਰੇਜ ਕਮੇਟੀ ਦੀ ਵੀ ਡਿਊਟੀ ਬਣਦੀ ਆ ਵੀ ਤੁਸੀਂ ਉਹਨਾਂ ਬੰਦਿਆਂ ਨੂੰ ਦੱਸੋ ਵੀ, ਕਿਉਂਕਿ ਹਰੇਕ ਕੋਲ ਫੋਨ ਹੈਗਾ ਕਿ ਆਪਾਂ ਨੂੰ ਕੰਮ ਆ, ਜੇ ਉਹ ਨਹੀਂ ਤੁਹਾਡੇ ਨਾਲ ਤੁਰਦਾ, ਕਿਉਂਕਿ ਸਾਂਝੇ ਬੰਦੇ ਬਹੁਤ ਆ ਜਿਹੜੇ ਕਹਿੰਦੇ ਆ ਸਾਨੂੰ ਪਤਾ ਹੀ ਨਹੀਂ ਕਿਤੇ ਜਾਣਾ, ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ। ਸੋ ਮੈਨੂੰ ਖਾਸ ਕਰ ਕਰਦੇ ਜੀ, ਮੈਂ ਤੁਹਾਡੀ ਇਹ ਲਾਉਣਾ ਡਿਊਟੀ ਵੀ ਮੇਰੀ ਬੇਨਤੀ ਆ ਵੀ ਜਿਹੜੇ ਆਪਣੇ ਤੁਹਾਨੂੰ ਪਤਾ ਜਿਹੜੇ ਕੋਈ ਵੀ ਸਾਂਝੇ ਬੰਦੇ ਆ, ਹਨਾ, ਜਿਹਨਾਂ ਦਾ ਨਾਂ ਨਹੀਂ ਗਾ, ਥੋੜ੍ਹਾ ਜਿਹਾ ਉਹਨਾਂ ਨੂੰ ਨਾਲ ਪੁੱਛ ਕੇ ਜਾਂ ਨਾਲ ਲੈ ਕੇ ਆਪਣੀ ਕੋਈ ਹੈਲਪ ਵੀ ਕਰਨ ਕੇ ਲੈਣਾ, ਤਾਂ ਕਿਸੇ ਨੇ ਕੁਛ ਨਹੀਂ ਗਾ, ਇਹ ਮੇਰੀ ਬੇਨਤੀ ਆ। ਮਿਹਰਬਾਨੀ। ਵਾਹਿਗੁਰੂ ਜੀ ਕੀ ਫਤਿਹ। ਸੰਤ ਮਹਾਂਪੁਰਸ਼ਾਂ ਨੇ ਬੜੀ ਸੇਧ ਦਿੰਦਿਆਂ ਆਪਾਂ ਸਾਰਿਆਂ ਨੂੰ ਇਹ ਗੱਲ ਦੱਸੀ ਹੈ ਕਿ ਨਕਸ਼ਾ ਭਾਈ ਬਣ ਗਿਆ ਹੈ। ਅਸੀਂ ਵੀ ਬੇਨਤੀ ਕਰਦੇ ਹਾਂ ਕਿ ਨਕਸ਼ਾ ਬਣ ਗਿਆ ਹੈ, ਇਸ ਨਕਸ਼ੇ ਨੂੰ ਚੌਂਕ ਵਾੜਾਂ ਦੇ ਵਿੱਚ ਅਸੀਂ ਵੱਡਾ ਕਰਵਾ ਕੇ ਲਾ ਰਹੇ ਹਾਂ। ਇਸ ਨਕਸ਼ੇ ਦੇ ਉੱਤੇ ਜਿਹੜਾ ਅਸੀਂ ਲੈ ਕੇ ਆਏ ਹਾਂ ਇਹਦੇ ਉੱਤੇ ਕਮਾਇਸ਼ ਨਹੀਂ ਲਿਖੀ ਹੋਈ। ਜਿਹੜਾ ਨਕਸ਼ਾ ਸਾਡੇ ਕੋਲ ਅੱਜ ਹੀ ਨੈੱਟਵਰਕ 'ਤੇ ਆ ਗਿਆ ਹੈ, ਬਾਬਾ ਜੀ ਦੀ ਟੀਮ ਪਿੱਛੇ ਬੜੀ ਵੱਡੀ ਇਸ ਨਕਸ਼ੇ 'ਤੇ ਕੰਮ ਕਰ ਰਹੀ ਹੈ। ਆਪਣੇ ਚਾਰ ਬੰਦੇ ਗਏ ਸੀ ਅਡੋਲੀ ਗਵਾਲਾ ਦੇ ਵਿੱਚੋਂ, ਜਿਨ੍ਹਾਂ ਨੇ ਗਲੀਆਂ ਮੋੜ ਸਭ ਕੁਝ ਉਹਨਾਂ ਨੂੰ ਉੱਥੇ ਜਾ ਕੇ ਵੀ ਨਕਸ਼ੇ ਦੇ ਉੱਤੇ ਦੱਸੇ ਹੈ। ਜਿਹੜਾ ਨਕਸ਼ਾ ਅਸੀਂ ਚੌਂਕ ਗਵਾਲਾ ਦੇ ਵਿੱਚ ਲਾਵਾਂਗੇ ਇੱਕ ਹਫ਼ਤਾ ਕਿਰਪਾ ਕਰਕੇ 7 ਦਿਨ ਦੇ ਵਿੱਚ, ਜਿਸ ਕਿਸੇ ਵੀਰ ਦਾ ਕੋਈ ਇਤਰਾਜ਼ ਉਹਦੇ ਉੱਤੇ ਹੈ ਕਿ ਭਾਈ ਆਹ ਨਾਲੀ ਇੱਧਰ ਦੀ ਇੱਧਰ ਚਾਹੀਦਾ ਸੀ, ਆਹ ਭਾਈ ਬੱਲੇ ਨੂੰ ਇੱਧਰ ਚਾਹੀਦਾ ਸੀ, ਬਿਲਕੁਲ ਇਸ ਆਪਣੇ ਸਾਹਮਣੇ ਦਰਬਾਰ ਸਾਹਿਬ ਦੇ ਦਫ਼ਤਰ ਬਣਾਇਆ
कि आप जी की सेवा ली है, दफ्तर का मतलब यही होंगे है कि अपना आपस के तालमेल लवे। तुसी जे स्टेज के उत्ते खड़ के नहीं कह सकते, बहुत सारे वीर होंगे जो स्टेज से नहीं खड़ के कह सकते, और बहुत वधिया सुझाव उन्होंने कोले होंगे है, कृपा करके वो चार शब्द आपके कागज से लिख के ते उस दफ्तर के सैट दे किसी भी वेले जे दफ्तर बंद है ना, क्योंकि हर वेले तो खुलना नहीं, असी वो जरूर लैके तो आपकी फाइल चलावे तो उत्ते दौड़ करके उन्होंने सद के भरावान उन्होंने दसन की कोशिश करा कि आ इंज है आ इंज है। जे उस कोई भी त्रुटि हुई वो त्रुटि भी दूर करके जिते पाइपलाइन शुरू होनी ने उदू पहलों पहलों त्रुटि दूर करके ही पाइपा पैनिया शुरू हो सब तो पहलों पाइपा जड़िया पैनिया ने सदेगा वार्ड तो कुछ कमाल के कुआड़ के घर ने, क्योंकि कमाल के कुआड़ का जोड़ा पानी है वह दो पासे वंडिया जाता है। इस करके सब तो पहला उन्होंने वीर बेनती है कि वह अज तो ही आपो अपने घर की नालिया की सफाई शुरू कर दें, तो नाल ये भी है कि जिस वीर के घर कोई गटर नहीं बनया वो आपके घर गटर बना लें भाई, क्योंकि जो पाइपलाइन पैगी असी कनैक्शन उसी वेले उन्होंने दे देना है। बड़ा सुझाव भी मेरे ने केवल सिंह ने भी दिता है कि असी हर एक भैन भरा के नाल तालमेल करिए, कोशिश यही है गलती हो जाती है बंदा गलतियां का पुतला है, असी फिर भी कोशिश करते हैं स्पीकर से बोलने की। दो दिन पहलों तीन चार बारी बोली गया है, हर घर पिंड वड्डा है, असी सीवरेज कमेटियां हर वार्ड दी बनाईया उन्होंने भी सद के वीर कहने कि सारे भरावान लियाओ। कमेटी का मतलब यह नहीं है कि वह संपूर्ण है, कमेटी का मतलब तो यह है कि काम चलने लिए किसी बंद की जिम्मेवारी लाई जाती है। ये सारा हक बनता है कि आप जी के घर तक असी आईए, आप जी की तकलीफ में असी सुनीए। सो यह कोई वड्याई नहीं है, यह तो एक सेवा है। होर भी सज्जन जो कोई आना चाहन तो असं मैंबर कोई भी गवाड़ा दी कमेटियां कहने कि वो उन्होंने जरूर नाल लै लैन। इस तरह का ताज असी किसी किस्म का गुरु दरबार करके कहने नहीं आते, गुरु कृपा करे। हुण आप सारे सारे संतां महापुरशां के नाल उस छप्पड़ ते चलांगे, उत्थे बूटी कटन का काम शुरू करांगे। संत महापुरश फिर इन्होंने होर भी बहुत सारे काम ने। असी तीसरे दिन इतों तीजे दिन असी संतां महापुरशां को साडी टीम जाएगी जो कि पाइपां दे आगमन वास्ते अगले हफ्ते इतने पाइपां आनियां शुरू हो जाएगियां। असी छप्पड़ां का सफाई के नाल डाइवर्शन शुरू कर देंगे। बस इन्नियां ही बेनतियां करनियां सन, भुल्लां दी खिमा बोलदियां चलदियां गलतियां हो जांदियां ने। संतां महापुरशां का इस स्थान पर आने पर बहुत बहुत तहे दिलों धन्यवाद। सारी नगर पंचायत का, सारे नगर निवासियों का, भैन भरावान का इतने बहुत बहुत धन्यवाद। आओ आप अच एक चंगे काम वाली कदम बधाइए। वाहेगुरू जी का खालसा, वाहेगुरू जी की फतह। डाउनलोड करो, तुम्हें है ना।
ਲੱਗ ਜਾਣੀ ਥੱਲੇ ਨੂੰ ਇਹਨਾਂ ਬਈ ਤੜਕ ਮਿਚਰੀ ਜਾਣੇ ਨੰਬਰ ਤੱਕ ਕੇ ਥੱਲੇ ਲੱਗ ਜੂਨੀ ਖੁੱਬੀ 10 ਜਣੇ ਤੇ ਛਾਲ ਲੱਗੀ ਪਰ ਠੀਕ ਆ ਪਾਣੀ ਕੱਢ ਲੋ ਬੂਟੀ ਸਭ ਤੋਂ ਮਰ ਜਾਣੀ ਚਾਰੇ ਜਾਂਦੇ ਨੇ।